श्री नानक अंगद गुरु अमरदास पद बंद रामदास अर्जन गुरु बाश्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद जिसमें अमृत ज्ञान है माणिक भगत वैराग श्री गुरु ग्रंथ साहिब उदर बंदम करि अनुराग श्री गुरु शब्द कमाए दिन कीते पंच विकार दिन संतन को वंदना सिर चरणन पर तार एक अंकारा सतगुरु प्रसाद सत होए वाहेगुरु जी की फतेह विनाशन सोए वाहेगुरु जी की फतेह विनाशन सोए सतनाम श्री वाहेगुरु जी जाओ पई जाते पंडित हृदय विचारो कान्यारूप नीर निर्धर गुरबानी को कारण हो सनो सजन न करो संदेह वाहेगुरु जी का खालसा वाहेगुरु जी की फतेह सतत पावन भगत वत्सल कृपा निधान जुगो जुग अटल चवर शत्र तक दे मालक तन तन साहिबाद श्री गुरु ग्रंथ साहिब महाराज जी दी परम पवित्र सत संगत हजूरी दे अंदर नवे पातशाह साहिब श्री गुरु तेग बहादुर साहिब महाराज जी दे महान परम पवित्र भजन बंदगी तप स्थान गुरुद्वारा श्री भोरा साहिब पातशाह नौवीं विखे सतगुरां दे पवित्र गुरु तगदी तख्त दरबारां दे अंदर अमावसी दिहाड़े दिन दी चौथी पैर दे सजे हुए दीवाना दे हाजरियां भर रहे दर्शन दीदारे कर रहे गुरु प्यारी खालसा साध संगत जी वड्डे भाग हन जो सत संगत दे विच समां बतीत करन दे वास्ते महाराज जी दी सेवा दर्शन दीदार यात्रा करन वास्ते सुभाग प्राप्त होया है। चल रहे लड़ीवार गुरु इतिहास दी कथा दे विच साहिब गुरु अमरदास महाराज जी दे पावन जीवन दे प्रसंग आपां सुन सुना रहे हां, जिस दे अंदर आप जी ने पिछले समय दौरान श्रवण किया है। धन धन साहिब सतगुरु श्री गुरु अमरदास महाराज साहिब जी तीर्थां दे उधार करन वास्ते गए हन। सतगुरु साहिब जी ने पहलां पहोवे दे विच चरण पाए हन, अनेकां गुरसिख संगतां माई भाई निहाल होए। फिर महाराज साहिब जी सरेसर तीर्थ ते पहुंचे सी, पंडतां ने सवाल किया कि जदों महाराज जी वेद पुराण सिमरत शास्त्र पहला ही सन तां फिर गुरु नानक देव महाराज ने गुरबाणी क्यों रची, गुरबाणी रचन दे की लोड़ पई। ਤਾਂ ਸਾਹਿਬ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਸ਼ਬਦ ਉਚਾਰਿਆ, ਜੈਸੀ ਧਰਤੀ ਉੱਪਰ ਮੇਘੁਲਾ ਬਰਸਤ ਹੈ ਕਿਆ ਧਰਤੀ ਮਧੇ ਪਾਣੀ ਨਾਹੀਂ, ਜੈਸੀ ਧਰਤੀ ਮਧੇ ਪਾਣੀ ਪ੍ਰਗਾਸਿਆ ਬਿਨ ਪਤਾ ਵਰਸਤ ਫਿਰਾਹੀ। ਸਾਹਿਬ ਕਹਿੰਦੇ ਵੀ ਜੇ ਆਕਾਸ਼ ਦੇ ਵਿੱਚ ਬੱਦਲ ਆਉਂਦੇ ਹੈ, ਮੀਂਹ ਪੈਂਦਾ ਹੈ, ਵਰਖਾ ਹੁੰਦੀ ਹੈ, ਕਿ ਧਰਤੀ ਦੇ ਵਿੱਚ ਪਾਣੀ ਨਹੀਂ ਸੀ, ਧਰਤੀ ਦੇ ਪਾਣੀ ਹੋਣ ਦੇ ਬਾਵਜੂਦ ਵੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਜੋ ਮੀਂਹ ਦੀ ਵਰਖਾ ਹੁੰਦੀ ਹੈ, ਧਰਤੀ ਵਿਚਲਾ ਪਾਣੀ 999 ਨਦੀਆਂ, ਸਮੁੰਦਰ ਦਾ ਪਾਣੀ,
ਇਹ ਸਾਧਨਾ ਨਾਲ ਪ੍ਰਾਪਤ ਹੁੰਦੇ ਆ ਤੇ ਜਿਹੜਾ ਆਕਾਸ਼ ਤੋਂ ਉਤਰਦਾ ਪਾਣੀ ਹੈ ਇਹ ਬਿਨਾਂ ਸਾਧਨ ਤੋਂ ਸਾਰਿਆਂ ਨੂੰ ਸਭ ਥਾਵਾਂ ਤੇ ਪ੍ਰਾਪਤ ਹੁੰਦਾ ਇਹ ਵੀ ਗੁਰਬਾਣੀ ਹੈ ਵੇਦ ਖੂਹ ਦੇ ਪਾਣੀ ਦੀ ਨਿਆਈ ਹਨ ਯਤਨ ਕਰਕੇ ਤੇ ਕਿਸੇ ਕਿਸੇ ਨੂੰ ਪ੍ਰਾਪਤ ਹੁੰਦੇ ਸਨ ਗੁਰਬਾਣੀ ਕਹਿੰਦੇ ਵੀ ਮੀਂਹ ਦੇ ਜਾਤੀ ਨਿਆਈ ਹੈ ਸਾਰਿਆਂ ਨੂੰ ਪ੍ਰਾਪਤ ਹੁੰਦੀ ਸਰਬ ਸਾਂਝੀ ਹੈ ਗੁਰਬਾਣੀ ਤੇ ਸਭ ਥਾਵਾਂ ਤੇ ਸਭ ਜਾਤਾਂ ਦੇ ਸਭ ਆਸ਼ਰਮਾਂ ਦੇ ਲੋਕ ਗਰੀਬ ਅਮੀਰ ਹਰ ਇੱਕ ਗੁਰਬਾਣੀ ਪੜ੍ਹ ਕੇ ਤੇ ਸੁਖ ਮਾਣ ਸਕਦਾ ਹੈ ਸਤਿਗੁਰੂ ਸਾਹਿਬ ਦੇ ਬਚਨ ਸੁਣ ਕੇ ਬਹੁਤ ਸੰਗਤ ਖੁਸ਼ ਹੋਈ ਗੁਰਬਾਣੀ ਦੀ ਮਹਾਨਤਾ ਜਾਣੀ ਨਮਸਕਾਰਾਂ ਕਰਦੇ ਆਪੋ ਆਪਣੇ ਘਰਾਂ ਨੂੰ ਗਏ ਹਨ ਜਿਹੜੇ ਪੰਡਿਤ ਸੀ ਉਹਨਾਂ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਇਹ ਗਿਆਨ ਦਾ ਬਚਨ ਜਦੋਂ ਕਿਹਾ ਤਾਂ ਬਹੁਤੇ ਪੰਡਿਤਾਂ ਦੇ ਵੀ ਮੰਨਣ ਦੇ ਵਿੱਚ ਗੱਲ ਆਈ ਨਮਸਕਾਰਾਂ ਕਰਕੇ ਆਪੋ ਆਪਣੇ ਅਸਥਾਨਾਂ ਦੇ ਪਹੁੰਚੇ ਨੇ ਸਤਿਗੁਰੂ ਸਾਹਿਬ ਜੀ ਨੇ ਇਸ਼ਨਾਨ ਕੀਤਾ ਹੈ ਉਸ ਤੋਂ ਉਪਰੰਤ ਲੋੜਵੰਦਾਂ ਨੂੰ ਦਾਨ ਦੇ ਕੇ ਸੁਭ ਕੀਤਾ ਹੈ ਭੋਜਨ ਪ੍ਰਸ਼ਾਦਾ ਛਕ ਕੇ ਜੇ ਗਰੀਬ ਰਾਜ ਸਤਿਗੁਰੂ ਇਸ ਸਥਾਨ ਤੇ ਤੀਜੇ ਦਿਨ ਰਹਿ ਕੇ ਤੇ ਫਿਰ ਅੱਗੇ ਹੋਰ ਅਸਥਾਨਾਂ ਦੇ ਜਮੁਨਾ ਆਦਿਕ ਅਤੇ ਫਿਰ ਗੰਗਾ ਆਦਿਕ ਤੇ ਜਾ ਕੇ ਗੁਰਮਤਿ ਸਿੱਖੀ ਦਾ ਪ੍ਰਚਾਰ ਕਰਦੇ ਹਨ ਇਹ ਪਾਵਨ ਇਤਿਹਾਸ ਸਰਵਣ ਕਰਨ ਦੇ ਲਈ ਇਕਾਗਰਤਾ ਬਖਸ਼ੋ ਹਾਜ਼ਰੀ ਲਵਾਓ ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਾਉ ਪਈ ਦਿਵਸ ਤੀਸਰੇ ਤੀਰਥ ਆਨ ਤਿੰਨ ਦਿਨ ਮਹਾਰਾਜ ਸਾਹਿਬ ਜੀ ਇਸ ਅਸਥਾਨ ਤੇ ਕੁਰਸ਼ੇਤਰ ਦੇ ਵਿੱਚ ਸਰੀਸਰ ਰਹੇ ਤੇ ਜਿਹੜੇ ਹੋਰ ਵੀ ਕੋਈ ਅਸਥਾਨ ਕੁਰਸ਼ੇਤਰ ਦੇ ਵਿੱਚ ਬਣੇ ਹੋਏ ਸਨ ਤੀਜੇ ਦਿਨ ਮਹਾਰਾਜ ਜੀ ਨੇ ਉਹ ਵੀ ਸਾਰੇ ਅਸਥਾਨ ਵੇਖੇ ਹਨ ਸਭ ਸਿੱਖਾਂ ਦਾ ਜੁਤ ਕੀ ਨਿਸ਼ਨਾਨ ਸਾਰੇ ਸਿੱਖਾਂ ਦੇ ਸਮੇਤ ਮਹਾਰਾਜ ਸਾਹਿਬ ਜੀ ਨੇ ਇਸ਼ਨਾਨ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਉਸ ਤੋਂ ਬਾਅਦ ਆਪਣੇ ਡੇਰੇ ਤੇ ਜਿੱਥੇ ਟਿਕਾਣਾ ਕੀਤਾ ਸੀ ਪੜਾ ਕੀਤਾ ਸੀ ਉਸ ਸਥਾਨ ਤੇ ਆ ਕੇ ਬਰਾਜ ਗਏ ਆਨ ਪਾਨ ਸੰਗਤ ਸਭ ਕਰਕੇ ਜਿੰਨੀਆਂ ਵੀ ਸਿੱਖ ਸੰਗਤਾਂ ਨੇ ਸਾਰਿਆਂ ਨੇ ਭੋਜਨ ਪ੍ਰਸ਼ਾਦਾ ਛਕਿਆ ਹੈ ਬੜਾ ਹਰਖ ਚਾਵ ਸ਼ਾਹ ਕਰਕੇ ਗੁਰਸਿੱਖ ਸੰਗਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਆਈਆਂ ਹੱਥ ਜੋੜ ਕੇ ਤੇ ਸਭ ਸਿੱਖ ਸੰਗਤਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛਿਆ ਸ੍ਰੀ ਗੁਰ ਤੁਮੇ ਔਰ ਸਭ ਕੁਛ ਚੀਨੇ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੇ ਤੋਂ ਕੋਈ ਲੁਕਿਆ ਛੁਪਿਆ ਬਚਨ ਨਹੀਂ ਹੈ ਸਾਰਾ ਕੁਝ ਮਹਾਰਾਜ ਜੀ ਤੁਸੀਂ ਜਾਣਦੇ ਹੋ ਇਹ ਕੁਰਸ਼ੇਤਰ ਕੋਸ 48 ਇਹ ਜਿਹੜਾ ਕੁਰਸ਼ੇਤਰ ਦਾ ਇਲਾਕਾ ਹੈ ਇਹ 48 ਕੋਹ ਹੈ 48 ਕੋਹ ਦੇ ਵਿੱਚ ਮਹਾਰਾਜ ਜਿਹੜਾ ਇਹ ਕੁਰਸ਼ੇਤਰ ਫੈਲਿਆ ਹੋਇਆ ਹੈ ਹਿਮਪੁਨੀਤ ਇਹ ਭਇਓ ਬਿਸਾਲੇ ਇਹ ਹਿੰਦੂ ਧਰਮ ਦੇ ਜ਼ਬਾਨ ਤਾਂ ਇਹ ਵੀ ਇਹ ਕੁਰਸ਼ੇਤਰ ਦੀ ਧਰਤੀ ਜਿਹੜੀ ਹੈ ਬੜੀ ਪਵਿੱਤਰ ਹੈ ਕਹਿੰਦੇ ਵੀ ਇਸ ਸਥਾਨ ਦੇ ਉੱਤੇ ਬੜਾ ਧਰਮ ਹੋਇਆ ਹੈ ਇਸ ਕਰਕੇ ਮਹਾਰਾਜ ਇਹ ਦੱਸੋ ਵੀ ਇਹ ਜਿਹੜਾ ਮਾਨਤਾ ਹੈ ਇਹਨਾਂ ਦੀ ਵੀ ਇਹ ਧਰਤੀ ਪਵਿੱਤਰ ਹੈ ਹਿੰਦੂ ਭਰਾਵਾਂ ਦੇ ਇਹ ਧਰਤੀ ਦੇ ਪਵਿੱਤਰ ਹੋਣ ਦਾ ਕੀ ਕਾਰਨ ਇਹ ਮੰਨਦੇ ਹਨ ਤੀਰਥ ਜਿਸ ਮੈਂ ਬਣੇ ਹਜ਼ਾਰੋਂ ਅਜੇ ਸ ਕੁਰਸ਼ੇਤਰ ਦੇ ਧਰਮ ਕਸ਼ੇਤਰ ਇਹ ਕੁਰਸ਼ੇਤਰ ਇਹ ਵੀ ਕਿਹਾ ਹੈ ਕ੍ਰਿਸ਼ਨ ਜੀ ਨੇ ਕਿ ਇਹ ਕੁਰਸ਼ੇਤਰ ਦੀ ਜਿਹੜੀ ਜਗ੍ਹਾ ਹੈ ਧਰਮ ਦਾ ਕਸ਼ੇਤਰ ਹੈ ਤੇ ਹਜ਼ਾਰਾਂ ਹੀ ਤੀਰਥ ਇਸ 48 ਕੋਹ ਦੇ ਵਿੱਚ ਬਣੇ ਹੋਏ ਹਨ ਅਨੇਕ ਪਾਏ ਤਪਸੀ ਤਪ ਧਾਰੋ ਤੇ ਇੱਥੇ ਦੱਸਦੇ ਹੈ ਵੀ ਅਨੇਕਾਂ ਹੀ ਮਹਾਰਾਜ ਵੱਡੇ ਵੱਡੇ ਤਪਸਵੀ ਤਪਿਆ ਕਰਨ ਵਾਲੇ ਤਪੱਸਿਆ ਕਰਨ ਵਾਲੇ ਹੋਏ ਆ ਜਿਵੇਂ ਆਪ ਜੀ ਨੇ ਵੀ ਦੱਸਿਆ ਹੈ ਪਨੀਤ ਜਾਨ ਇਹ ਮਹਾ ਤੇ ਮਹਾਰਾਜ ਜੀ ਉਹ ਇਸ ਸਥਾਨ ਨੂੰ ਸਨਾਤਨ ਧਰਮ ਦੇ ਜਿਹੜੇ ਲੋਕ ਹੈ ਹਿੰਦੂ ਬੜਾ ਪਵਿੱਤਰ ਜਾਣ ਕਰਕੇ ਕੈਰਵ ਪਾਂਡਵ ਲੜ ਮਰ ਜਾਂ ਇਸ ਸਥਾਨ ਦੇ ਫਿਰ ਇਹਨੂੰ ਪਵਿੱਤਰ ਮੰਨਦੇ ਹਨ ਇੱਥੇ ਹੀ ਮਹਾਰਾਜ ਸਾਨੂੰ ਇਹ ਗੱਲ ਹੀ ਸਮਝ ਆਉਂਦੀ ਵੀ ਜਿਹੜੇ ਕੈਰੋਂ ਦੇ ਪਾਂਡਵ ਸੀ
ਉਹ ਵੀ ਉਸ ਕਰਸ਼ੇਤਰ ਦੇ ਇਲਾਕੇ ਦੇ ਵਿੱਚ ਹੀ ਲੜ ਲੜ ਕੇ ਆਪਸ ਦੇ ਵਿੱਚ ਮਰੇ ਹਨ ਇਸ ਕਾਰਨ ਤੇ ਪਾਵਨ ਭਇਓ ਤੇ ਇਹ ਫਿਰ ਦੱਸੋ ਵੀ ਇੱਥੇ ਤਾਂ ਕੈਰੋਂ ਦੇ ਪਾਂਡਵ ਆਪਸ ਵਿੱਚ ਲੜ ਲੜ ਕੇ ਮਰੇ ਅੱਜ ਜਿੱਥੇ ਬਹੁਤੇ ਮਰੇ ਹੋਣ ਉਹਦਾ ਠਾਮ ਕੋਈ ਬਹੁਤਾ ਚੰਗਾ ਨਹੀਂ ਮੰਨਿਆ ਜਾਂਦਾ ਪਰ ਇਹ ਕਹਿੰਦੇ ਆ ਵੀ ਕੁਰਸ਼ੇਤਰ ਦੀ ਧਰਤੀ ਪਵਿੱਤਰ ਬਣੀ ਹੈ ਇਹ ਦੱਸੋ ਵੀ ਕਿਸ ਤਰ੍ਹਾਂ ਇਹ ਪਵਿੱਤਰ ਹੋਈ ਹੈ ਇਹਨਾਂ ਦੀ ਮੰਤਾ ਕਿਵੇਂ ਬਣੀ ਬਹੁਤ ਨਰਨ ਤਨ ਤਿਆਗਣ ਕਿਓ ਕਿਉਂਕਿ ਇੱਥੇ ਤਾਂ ਬਹੁਤੇ ਲੋਕਾਂ ਨੇ ਸਰੀਰ ਤਿਆਗਿਆ ਹੈ ਇਹ ਤਾਂ ਮਸਾਣ ਭੂਮੀ ਅਪਵਿੱਤਰ ਮੰਨੀ ਜਾਂਦੀ ਹੈ ਪਰ ਕੁਰਸ਼ੇਤਰ ਨੂੰ ਫਿਰ ਪਵਿੱਤਰ ਕਿਵੇਂ ਕਹਿੰਦੇ ਹਨ ਕੌਤਕ ਵਰਤੈ ਹਿਰਦੈ ਹਮਾਰੇ ਇਹ ਮਹਾਰਾਜ ਸਾਨੂੰ ਬੜਾ ਅਚਰਜ ਹੀ ਕੌਤਕ ਲੱਗ ਰਿਹਾ ਹੈ ਬੜੀ ਅਚਰਜ ਹੈਰਾਨੀ ਆਉਂਦੀ ਹੈ ਇਹ ਗੱਲਾਂ ਸੁਣ ਸੁਣ ਕੇ ਸਕਲ ਸੁਨਾਵੋ ਕਥਾ ਵਿਚਾਰ ਤੇ ਤੁਸੀਂ ਮਹਾਰਾਜ ਸਾਰਾ ਕੁਝ ਜਾਣਦੇ ਹੋ ਵੀ ਇਹ ਹਿੰਦੂ ਪਵਿੱਤਰ ਕਿਉਂ ਮੰਨਦੇ ਹਨ ਕੁਰਸ਼ੇਤਰ ਦੀ ਧਰਤੀ ਨੂੰ ਇਹ ਸਾਰਾ ਕੁਝ ਖੋਲ ਕੇ ਦੱਸੋ ਸਭ ਸੰਗਤ ਕੇ ਸੁਣ ਕੇ ਬੈਨ ਸਾਰੀ ਸੰਗਤ ਨੇ ਮਹਾਰਾਜ ਨੂੰ ਇਕੱਠਿਆ ਹੋ ਕੇ ਬੇਨਤੀ ਦੇ ਬਚਨ ਕਹੇ ਕਰਨਾ ਭਰੇ ਰਸੀਲੇ ਨੈਣ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਰਸ ਵਾਲੇ ਕਰਨਾ ਭਰੇ ਨੇਤਰ ਨੇ ਮਿਹਰ ਦੀ ਨਿਗਾਹ ਦੇ ਨਾਲ ਤੱਕਿਆ ਭਰੇ ਉਪਕਾਰ ਕਰਨ ਨਿਤ ਚਾਹਤ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਜੀ ਪਰ ਉਪਕਾਰ ਹੀ ਕਰਨਾ ਚਾਹੁੰਦੇ ਹਨ ਭਲਾ ਹੀ ਕਰਦੇ ਹਨ ਜੀਵਾਂ ਦਾ ਲੋਕਾਂ ਕੀ ਦੁਰਮਤ ਦਾਹਤ ਬਹੁਤੇ ਲੋਕਾਂ ਦੀ ਦੁਰਮਤ ਭੈੜੀ ਮਤ ਨੂੰ ਮਹਾਰਾਜ ਜੀ ਨਾਮ ਜਪਾ ਕੇ ਨਾਸ਼ ਕਰਦੇ ਹਨ ਇਸ ਕਾਰਨ ਕੋ ਧਾਰੇ ਅਵਤਾਰ ਇਸ ਕਰਕੇ ਮਹਾਰਾਜ ਨੇ ਅਵਤਾਰ ਧਾਰਿਆ ਕਿਉਂਕਿ ਅਵਤਾਰ ਹੀ ਗੁਰੂ ਅਮਰਦਾਸ ਸਾਹਿਬ ਜੀ ਨੇ ਜਗਤ ਦੀ ਕਲਿਆਣ ਵਾਸਤੇ ਲਿਆ ਹੈ ਸੋ ਨਿਤ ਕਰਤ ਭਗਤ ਵਿਸਥਾਰ ਤੇ ਉਹੀ ਪਰਮੇਸ਼ਰ ਦੀ ਭਗਤੀ ਦਾ ਨੇਤੀ ਮਹਾਰਾਜ ਵਿਸਥਾਰ ਕਰ ਰਹੇ ਹੈ ਪ੍ਰੇਮਾ ਭਗਤੀ ਦੇ ਸਭ ਨੂੰ ਜੋੜ ਰਹੇ ਹਨ ਕਥਾ ਪੁਰਾਤਨ ਬਹੁ ਚਿਰ ਕੇਰੇ ਜਿਹੜੀ ਬਹੁਤ ਪੁਰਾਤਨ ਕਥਾ ਸੀ ਨਾ ਲੰਬੇ ਸਮੇਂ ਦੀ ਇਸ ਕੁਰਸ਼ੇਤਰ ਦੇ ਨਾਲ ਜੁੜੇ ਹੋਏ ਗਿਣਤੀ ਸੰਮਤ ਪਰੇ ਨਾ ਹੇਰੇ ਸਾਲਾਂ ਦੀ ਗਿਣਤੀ ਨਹੀਂ ਸੀ ਹੋ ਸਕਦੀ ਵੀ ਕਿੰਨੇ ਸਾਲ ਪਹਿਲਾਂ ਹੋਈ ਹੋਵੇ ਕਿ ਕਹਿੰਦੇ ਵੀ ਉਦੋਂ ਤਾਂ ਕੋਈ ਸਾਨੇ ਆਦਿਕ ਵੀ ਨਹੀਂ ਸੀ ਆਰੰਭ ਹੋਇਆ ਜਗਤ ਆਦਿਕ ਇਹ ਬਿਰਤਾਂਤ ਜਗਤ ਦਾ ਆਦਿ ਭਾਵ ਅਜੇ ਜਗਤ ਦੀ ਰਚਨਾ ਵੀ ਨਹੀਂ ਸੀ ਹੋਏ ਕੇਵਲ ਪਰਮੇਸ਼ਰ ਨੇ ਮਾਇਆ ਸਫਲ ਹੋ ਕੇ ਆਪਣਾ ਈਸ਼ਰ ਰੂਪ ਹੀ ਧਾਰਿਆ ਸੀ ਜਦੋਂ ਦਾ ਇਹ ਬਿਰਤਾਂਤ ਮਹਾਰਾਜ ਜੀ ਦੱਸਣ ਲੱਗੇ ਹਨ ਸ੍ਰੀ ਗੁਰ ਚਾਹੇ ਉਹ ਕਰਨ ਬਖਿਆਤ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕੇਵਲ ਇੱਕ ਇਤਿਹਾਸਿਕ ਕਥਾ ਜਿਹੜੀ ਹੈ ਜੇ ਹਿੰਦੂ ਧਰਮ ਦੀ ਮਾਨਤਾ ਹੈ ਉਹਦੇ ਮੁਤਾਬਕ ਗੁਰਸਿੱਖਾਂ ਨੂੰ ਜਾਣੂ ਕਰਾਉਂਦੇ ਹਨ ਕੋ ਸੰਗਤ ਸੁਣੀਐ ਦੇ ਕਾਨ ਮਹਾਰਾਜ ਕਹਿੰਦੇ ਹੇ ਗੁਰਸਿੱਖ ਸੰਤੋ ਕੰਨ ਦੇ ਕੇ ਸੁਣੋ ਧਿਆਨ ਦੇ ਨਾਲ ਉਪਜਿਓ ਨੈ ਜਗ ਜਗਤ ਮਹਾਨ ਕਹਿੰਦੇ ਵੀ ਲਿਖਿਆ ਹੈ ਹਿੰਦੂ ਧਰਮ ਦੇ ਗ੍ਰੰਥਾਂ ਦੇ ਵਿੱਚ ਵੀ ਜਦੋਂ ਜਗਤ ਦੀ ਵੀ ਉਤਪਤੀ ਨਹੀਂ ਸੀ ਹੋਈ ਸੰਸਾਰ ਦੇ ਵਿੱਚ ਹਜੇ ਕੁਝ ਬਣਿਆ ਨਹੀਂ ਸੀ ਸ੍ਰੀ ਨਾਰਾਇਣ ਬੈਠੇ ਇਹਾ ਉਸ ਵੇਲੇ ਕਹਿੰਦੇ ਵੀ ਪਰਮੇਸ਼ਰ ਨੇ ਜਦੋਂ ਮਾਇਆ ਸਫਲ ਹੋ ਕੇ ਨਾਰਾਇਣ ਦਾ ਵਿਸ਼ਨੂੰ ਦਾ ਰੂਪ ਧਾਰਿਆ ਭਾਵ ਜੋ ਵਿਸ਼ਨੂੰ ਪਰਮੇਸ਼ਰ ਦੇ ਹੁਕਮ ਦੇ ਨਾਲ ਉਤਪੰਨ ਹੋਇਆ ਉਹ ਵਿਸ਼ਨੂੰ ਉਹ ਨਾਰਾਇਣ ਕਹਿੰਦੇ ਵੀ ਇੱਥੇ ਕੁਰਸ਼ੇਤਰ ਦੇ ਵਿੱਚ ਆ ਕੇ ਚੌਂਕੜਾ ਮਾਰ ਕੇ ਬੈਠਾ ਸੀ ਭਇਓ ਇਤਕ ਮੈਂ ਆਸਨ ਮਹਾ ਅੱਜ ਜਿਹੜਾ ਇਹ 48 ਕੋਹ ਦਾ ਇਲਾਕਾ ਹੈ ਨਾ ਕੁਰਸ਼ੇਤਰ ਦਾ ਇੰਨੀ ਕੁ ਥਾਂ ਦੇ ਵਿੱਚ ਆਸਣ ਹੀ ਬਣਿਆ ਸੀ ਚੌਂਕੜਾ ਮਾਰ ਕੇ 48 ਕੋਹ ਦੇ ਵਿੱਚ ਨਾਰਾਇਣ ਜੀ ਬੈਠੇ ਸਨ ਅੱਠ ਕੋਸ ਲਗ ਨੀਚੇ ਥਾਨ ਕਹਿੰਦੇ ਅੱਠ ਕੋਹ ਤੀਕਰ ਤੇ ਜਿੱਥੇ ਪਿੱਠ ਰੱਖ ਕੇ ਚੌਂਕੜਾ ਮਾਰਿਆ ਕਹਿੰਦੇ ਅੱਠ ਕੋਹ ਦਾ ਪੈਂਡਾ ਦੇ ਇੰਦਰ ਨਹੀਂ ਹੋ ਗਿਆ ਆਗੇ ਜਾਨੋ ਵਧੇ ਮਹਾਨ ਜਿਹੜੇ ਜਾਨੋ ਗੋਡੇ ਲੱਤਾਂ ਯਾਦ ਕਹੇ ਤਾਂ ਚੌਂਕੜਾ ਮਾਰਿਆ ਤੇ ਅੱਠ ਕੋਹ ਕਹਿੰਦੇ ਵੀ ਅੱਗੇ ਨੂੰ ਵੱਧ ਕੇ ਸਾਹਮਣੇ ਨੂੰ ਉੱਤਰ ਦਿਸਤੇ ਪ੍ਰਿਸ਼ਟ ਵਡੇਰੇ ਜਿਹੜੀ ਪਿੱਠ ਸੀ ਕਹਿੰਦੇ ਵੀ ਨਾਰਾਇਣ ਜੀ ਦੇ ਉਹ ਉੱਤਰ ਵਾਲੇ ਪਾਸੇ ਨੂੰ ਹੋ ਗਈ ਤੇ ਉਹ ਵੀ ਅੱਠ ਕੋਹ ਤੀਕਰ ਉੱਤਰ ਵਾਲੇ ਪਾਸੇ ਨੂੰ ਫੈਲ ਗਿਆ ਦੱਖਣ ਕੋਹ ਮੁੱਖ ਕੀਏ ਤਿਸ ਬੇਰੇ ਜਿਹੜਾ ਮੁੱਖ ਸੀ ਉਹ ਦੱਖਣ ਵਾਲੇ ਪਾਸੇ ਨੂੰ ਕੀਤਾ ਦੱਖਣ ਦਿਸ਼ਾ ਨੂੰ ਮੁੱਖ ਸੀ ਉਸ ਵੇਲੇ ਨਾਰਾਇਣ ਜੀ ਦਾ ਤੇ ਕਹਿੰਦੇ ਅੱਠ ਕੋਹ ਸਾਹਮਣੇ ਵਾਲੇ ਪਾਸੇ ਨੂੰ ਏਦਾਂ ਇਹ ਧਰਤੀ ਫੈਲ ਗਈ ਅਸ਼ਟ ਕੋਸ ਚੌਗਿਰਦੇ ਮਾਜੇ ਅੱਠ ਕੋਹ ਹੀ ਚੌਗਿਰਦੇ ਦੇ ਵਿੱਚ ਚਾਰ ਸਵੇਰੇ ਕਹਿੰਦੇ ਵੀ ਜਿਹੜਾ ਚੌਂਕੜਾ ਹੀ ਮਾਰਿਆ ਹੈ ਨਾ ਇਹ ਐਡਾ ਵਿਰਾਟ ਵੱਡਾ ਸਰੂਪ
ਉਸ ਵੇਲੇ ਬਣਾਇਆ ਸੀ ਵਿਸ਼ਨੂੰ ਨੇ ਵੀ 48 ਕੋਹ ਦੇ ਵਿੱਚ ਚੌਂਕੜਾ ਹੀ ਵੱਜਾ ਹੈ ਜਿਹੜਾ ਕੁਰਸ਼ੇਤਰ ਦਾ ਇਲਾਕਾ ਏ ਮਤ ਥਾਣ ਭਗਵਾਨ ਸੁਆਹੇ ਆ ਜਿਹੜਾ ਹੈ ਨਾ ਥਾਨੇਸ਼ਰ ਇੱਥੇ ਭਗਵਾਨ ਬੈਠੇ ਸੀ ਥਾਂ ਈਸ਼ਰ ਇਸੇ ਕਰਕੇ ਇਹਨੂੰ ਈਸ਼ਵਰ ਦਾ ਥਾਂ ਕਹਿੰਦੇ ਹਨ ਸੋ ਥਰ ਇਹ ਥਾਨੇਸ਼ਰ ਜਾਣੋ ਇਹ ਜਿਹੜਾ ਮੱਧ ਭਾਗ ਸੀ ਸਰੀਰ ਦਾ ਜਿਹੜਾ ਉਹ ਜਾਣੋ ਵੀ ਇਹ ਥਾਨੇਸ਼ਰ ਦੀ ਧਰਤੀ ਹੈ ਤੇ ਬਾਕੀ ਜਿੰਨਾ ਵੀ ਕੁਰਸ਼ੇਤਰ ਦਾ ਇਲਾਕਾ ਹੈ 48 ਕੋਹ ਦਾ ਜਿਹੜਾ ਘੇਰਾ ਹੈ ਇਹ ਸਾਰਾ ਕਹਿੰਦੇ ਵੀ ਪਰਮੇਸ਼ਰ ਨੇ ਜਦੋਂ ਚੌਂਕੜਾ ਮਾਰਿਆ ਵਿਸ਼ਨੂੰ ਰੂਪ ਦੇ ਵਿੱਚ ਉਹਦੇ 48 ਕੋਹ ਦਾ ਇਲਾਕਾ ਉਹਦੇ ਵਿੱਚ ਹੀ ਮਲਿਆ ਗਿਆ ਮਹਾਤਮ ਹਿਰਦੈ ਪਰਮਾਨਾ ਹੋ ਇਹ ਗੁਰਸਿੱਖੋ ਜਾਣਨਾ ਕਰੋ ਵੀ ਹਿੰਦੂਆਂ ਦੀ ਬਹੁਤ ਆਸਥਾ ਹੈ ਇਸ ਸਥਾਨ ਦੇ ਤੇ ਬੜਾ ਉਹ ਮਹਾਤਮ ਮੰਨਦੇ ਹਨ ਸੁਣ ਸੰਗਤ ਗੁਰ ਪੂਜਨ ਕੀਨੇ ਜਦੋਂ ਸੰਗਤ ਨੂੰ ਮਹਾਰਾਜ ਨੇ ਦੱਸਿਆ ਵੀ ਇਸ ਕਰਕੇ ਹਿੰਦੂ ਲੋਕ ਜਿਹੜੇ ਹਨ ਕੁਰਸ਼ੇਤਰ ਦੇ ਵਿੱਚ ਆਉਂਦੇ ਨੇ ਸਿਰ ਪਰਮੇਸ਼ਰ ਨੇ ਭਗਵਾਨ ਨੇ ਕਹਿੰਦੇ ਚੌਂਕੜਾ ਮਾਰਿਆ ਭਗਵਾਨ ਤੋਂ ਭਾਵ ਉਹ ਨਿਰਾਕਾਰ ਰੂਪ ਨਹੀਂ ਜਿਹੜਾ ਮਾਇਆ ਸਫਲ ਹੋਇਆ ਜਿਹੜਾ ਵਿਸ਼ਨੂੰ ਹੈ ਤੇ ਵਿਸ਼ਨੂੰ ਨੂੰ ਹੀ ਕਿਉਂਕਿ ਸਨਾਤਨ ਦੇ ਭਗਵਾਨ ਮੰਨਦੇ ਨੇ ਤੇ ਉਹਨਾਂ ਦੀ ਮਾਨਤਾ ਹੀ ਸਤਿਗੁਰੂ ਜੀ ਸੰਗਤ ਨੂੰ ਜਾਣਕਾਰੀ ਕਰਾਉਣ ਵਾਸਤੇ ਦੱਸ ਰਹੇ ਹਨ ਕੋਈ ਆਪਣੀ ਸ਼ਰਧਾ ਨਹੀਂ ਵਿਅਕਤ ਕਰ ਰਹੇ ਜਿਨ੍ਹਾਂ ਦੀ ਜਿਸ ਤਰ੍ਹਾਂ ਦੀ ਸ਼ਰਧਾ ਹੈ ਉਹ ਭਜਨ ਪ੍ਰਗਟ ਕਰਕੇ ਦੱਸ ਰਹੇ ਨੇ ਮਹਾਰਾਜ ਜੀ ਦੇ ਕੋਲੋਂ ਜਦੋਂ ਇੰਨਾ ਸੁਣਿਆ ਤੇ ਜਿਹੜੀ ਸੰਗਤ ਹੈ ਉਹਨੇ ਹੋਰ ਪੁੱਛਿਆ ਕਿਹਾ ਪਰਮੇਸ਼ਰ ਕਿਵੇਂ ਆ ਸੀਨੇ ਕਿਉਂਕਿ ਇਹ ਦੱਸਿਆ ਵੀ ਇੱਥੇ ਭਗਵਾਨ ਵਿਸ਼ਨੂੰ ਕਹਿੰਦੇ ਵੀ ਚੌਂਕੜਾ ਮਾਰਿਆ ਸੀ ਤਾਂ ਧਰਤੀ ਪਵਿੱਤਰ ਹੈ ਤੇ ਫੇਰ ਉਹਨਾਂ ਨੇ ਦੂਜਾ ਸਵਾਲ ਸਿੱਖਾ ਇਹ ਕੀਤਾ ਵੀ ਇੱਥੇ ਕਹਿੰਦੇ ਵੀ ਵਿਸ਼ਨੂੰ ਨੂੰ ਚੌਂਕੜਾ ਮਾਰਨ ਦੀ ਕੀ ਲੋੜ ਪੈ ਗਈ ਕਿਉਂ ਚੌਂਕੜਾ ਮਾਰ ਕੇ ਬੈਠੇ ਉਹ ਕਾਰਨ ਵਰਣਨ ਕਰੀਏ ਹੈ ਨਾਰਾਇਣ 48 ਕੋਹ ਐਡਾ ਵੱਡਾ ਸਰੀਰ ਬਣਾ ਕਰਕੇ ਨਾਰਾਇਣ ਨੂੰ ਇੱਥੇ ਕਿਉਂ ਚੌਂਕੜਾ ਮਾਰਨਾ ਪਿਆ ਉਹ ਵੀ ਸਾਨੂੰ ਦੱਸਣਾ ਕਰੋ ਸਭ ਸਿੱਖਣ ਕੀ ਇੱਛਾ ਪੁਰੀ ਹੈ ਸਾਡੀ ਮਹਾਰਾਜ ਸਾਰੇ ਸਿੱਖਾਂ ਦੀ ਇੱਛਾ ਇਹ ਵੀ ਸਾਨੂੰ ਇਹਦੀ ਵੀ ਜਾਣਕਾਰੀ ਹੋ ਜਾਵੇ ਵੀ ਇੱਥੇ ਚੌਂਕੜਾ ਕਿਉਂ ਮਾਰਿਆ ਭੂਤ ਭਵੇਖੇ ਤੀਨੋ ਕਾਲ ਜਿਹੜਾ ਸਮਾਂ ਬੀਤ ਗਿਆ ਹੈ ਜਿਹੜਾ ਆਉਣ ਵਾਲਾ ਹੈ ਜਿਹੜਾ ਚੱਲ ਰਿਹਾ ਜਿਹੜੇ ਤਿੰਨੇ ਸਮੇਂ ਹਨ ਭੂਤ ਭਵਿੱਖ ਤੇ ਵਰਤਮਾਨ ਰਾਵਰ ਕੋ ਸਭ ਗਿਆਤ ਵਿਸਾਲ ਰਾਏ ਆਪ ਜੀ ਨੂੰ ਸਭ ਤਰ੍ਹਾਂ ਦੀ ਬੜੀ ਮਹਾਨ ਗਿਆਤ ਹੈ ਤੁਹਾਡੇ ਤੋਂ ਕੁਝ ਲੁਕਿਆ ਛਿਪਿਆ ਨਹੀਂ ਹੈ ਸ੍ਰੀ ਗੁਰ ਅਮਰਦਾਸ ਸੁਖ ਰਾਸ ਜੋ ਸਿੱਖਾਂ ਨੇ ਫੇਰ ਬੇਨਤੀ ਕੀਤੀ ਤਾਂ ਜੋ ਸੁੱਖਾਂ ਦੇ ਦੇਣ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਹਨ ਦਾਸਨ ਕੀ ਪੂਰਤ ਆਸ ਜੋ ਆਪਣੇ ਦਾਸਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਕਰ ਰਹੇ ਹਨ ਕਹਿਣ ਲੱਗੇ ਇਤਿਹਾਸ ਪੁਰਾਤਨ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਜੇ ਇਸੇ ਪੁਰਾਤਨ ਹਿੰਦੂ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕੀ ਨੋ ਸ਼੍ਰੀ ਪ੍ਰਭੂ ਸਨਾਤਨ ਜੇ ਕਹਿੰਦੇ ਵੀ ਇਸੇ ਬੜੇ ਪਹਿਲੇ ਸਮੇਂ ਦੇ ਜਿਹੜੇ ਜਗਤ ਦੀ ਕਹਿੰਦੇ ਆ ਵੀ ਮਾਨਤਾ ਉਤਪਤੀ ਨਹੀਂ ਹੋਈ ਤੇ ਜੇ ਇੱਥੇ ਨਾਰਾਇਣ ਨੇ ਚੌਂਕੜਾ ਮਾਰਿਆ ਸੰਗਤ ਸੁਣੋ ਸੋ ਕਥਾ ਨਾਰਾਇਣ ਮਹਾਰਾਜ ਕਹਿੰਦੇ ਹੈ ਸੰਗਤ ਜੀ ਉਹ ਨਾਰਾਇਣ ਦੀ ਕਥਾ ਤੁਹਾਨੂੰ ਦੱਸਦੇ ਆ ਵੀ ਚੌਂਕੜਾ ਮਾਰਨ ਦਾ ਕੀ ਕਾਰਨ ਬਣਿਆ ਤੇ ਹੋਵਤ ਪਾਪ ਫਲਾਇਣ ਜਿਹੜੀ ਕਥਾ ਹੈ ਜਿਸ ਕਥਾ ਨੂੰ ਸੁਣਦੇ ਨਾਲ ਤੁਹਾਡੀ ਜਾਣਕਾਰੀ ਵਧੇਗੀ ਵੀ ਜੋ ਹਿੰਦੂ ਧਰਮ ਦੇ ਗ੍ਰੰਥ ਨੇ ਉਹਨਾਂ ਦੇ ਜਿੱਦਾਂ ਦੇ ਪ੍ਰਸੰਗ ਲਿਖੇ ਆਉਂਦੇ ਹਨ ਵੀ ਬ੍ਰਹਮਾ ਜਿਹੜਾ ਏ ਬ੍ਰਹਮਾ ਉਤਪੰਨ ਹੋਇਆ ਤੇ ਜਿੱਦਾਂ ਉਹਨਾਂ ਦੀ ਮਾਨਤਾ ਏ ਫੇਰ ਕਹਿੰਦੇ ਵੀ ਵਿਸ਼ਨੂੰ ਨੇ ਕਾਂਧੇ ਚੋਂ ਮੈਲ ਕੱਢੀ ਤੇ ਉਹਦੇ ਤੋਂ ਮੱਧ ਤੇ ਕੈਟਵ ਤੋਂ ਦੈਤ ਪੈਦਾ ਹੋ ਗਏ ਇਹ ਬ੍ਰਹਮਾ ਨੂੰ ਤੰਗ ਕਰਨ ਲੱਗ ਪਏ ਤੇ ਬ੍ਰਹਮਾ ਆ ਕੇ ਕਹਿੰਦੇ ਵੀ ਫਿਰ ਵਿਸ਼ਨੂੰ ਦੇ ਅੱਗੇ ਰੋਇਆ ਤੇ ਬ੍ਰਹਮੇ ਦੀ ਮਦਦ ਕਰਨ ਲੱਗ ਕਰਨ ਵਾਸਤੇ ਵਿਸ਼ਨੂੰ ਮੱਧ ਤੇ ਕੈਟਵ ਦੈਤ ਦੇ ਨਾਲ ਜੰਗ ਕਰਨ ਲੱਗ ਪਿਆ ਇਸੇ ਥਾਂ ਦੇ ਕੁਰਸ਼ੇਤਰ ਦੇ ਵਿੱਚ ਹੀ ਕਹਿੰਦੇ ਇਰਦ ਗਿਰਦ ਜੰਗ ਹੋ ਰਿਹਾ ਸੀ ਇਹਦੇ 5000 ਵਰਾ ਜੰਗ ਚੱਲਦਾ ਰਿਹਾ ਤੇ ਜਦੋਂ ਇੰਨਾ ਸਮਾਂ ਜੰਗ ਚੱਲੇ ਤਾਂ ਆਪ ਹੀ ਕੋਈ ਪ੍ਰੇਰਣਾ ਕਰਕੇ ਜਿਹੜਾ ਮੱਧ ਦੇ ਕੈਟਬ ਹੈ ਉਹਦੀ ਰਸਨਾ ਤੋਂ ਭਾ ਲਿਆ ਉਹਨਾਂ ਸਲਾਹ ਕੀਤੀ ਵੀ ਵੇਖੋ ਵੀ ਇਹ ਇਕੱਲਾ ਹੈ ਤੇ ਆਪਾਂ ਦੋਏ ਫਿਰ ਵੀ ਸਾਡੇ ਭਾ ਰਿਹਾ ਨਹੀਂ ਤੇ ਉਹਨਾਂ ਨੇ ਖੁਸ਼ ਹੋ ਕੇ ਕਹਿ ਦਿੱਤਾ ਵੀ ਮੰਗ ਲੈ ਤੂੰ ਜੋ ਮੰਗਣਾ ਹੈ ਤੇ ਅੱਗੋਂ ਜਿਹੜਾ ਵਿਸ਼ਨੂੰ ਜੰਗ ਕਰ ਰਿਹਾ ਸੀ ਉਹਨੇ ਕਿਹਾ ਵੀ ਜੇ ਦੇਣਾ ਹੀ ਹੈ ਤੇ ਦੋਵੇਂ ਆਪਣੇ ਸਿਰ ਦੇ ਦਿਓ ਮੈਨੂੰ ਉਹਨਾਂ ਨੇ ਵੇਖਿਆ ਵੀ ਇਹ ਸਿਰ ਮੰਗਦਾ ਹੈ ਇੱਕ ਹੋਰ ਸ਼ਰਤ ਰੱਖਦੀ ਕਹਿੰਦੇ ਜੇ ਸਿਰ ਲੈਣਾ ਇਹ ਤੇ ਜਿੱਥੇ ਪਾਣੀ ਨਾ ਹੋਵੇ ਕਿਉਂਕਿ ਪਾਣੀ ਹੀ ਪਾਣੀ ਸੀ ਚਾਰ ਸਵੇਰੇ ਹੋਰ ਕੋਈ ਧਰਤੀ ਨਹੀਂ ਸੀ ਕਹਿੰਦੇ ਬਣੀ
ਤੇ ਪਾਣੀ ਦੇ ਵਿੱਚ ਨਾ ਸਿਰ ਲਈ ਵੀ ਜਿੱਥੇ ਪਾਣੀ ਨਾ ਹੋਵੇ ਉੱਥੇ ਸਾਡੇ ਸਿਰ ਭਾਵੇਂ ਵੱਢ ਲਾ ਤੇ ਜਦੋਂ ਇਹਨਾਂ ਇਹ ਸ਼ਰਤ ਰੱਖੀਏ ਜਾਣ ਕੇ ਵੀ ਇਹ ਪਾਣੀ ਤੋਂ ਬਿਨਾਂ ਕੋਈ ਥਾਂ ਨਹੀਂ ਹੈ ਤੇ ਸਾਨੂੰ ਸਿਰ ਨਹੀਂ ਦੇਣੇ ਪੈਣਗੇ ਤਾਂ ਇਹ ਫਿਰ ਸਨਾਤਨ ਧਰਮ ਦੇ ਹਿੰਦੂ ਧਰਮ ਦੇ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਵੀ ਉਸ ਵੇਲੇ ਵਿਸ਼ਨੂੰ ਨੇ ਆਪਣਾ ਸਰੀਰ ਦਾ ਦੇਹ ਦਾ ਆਕਾਰ ਬਹੁਤ ਵੱਡਾ ਕਰ ਲਿਆ ਅੱਠ ਕੋਹ ਤੀਕਰ ਤਾਂ ਪੇਠਾ ਵਾਲਾ ਪਾਸਾ ਹੀ ਹੋ ਗਿਆ ਤਾਂ ਉਹ ਪਾਣੀ ਤੋਂ ਉੱਪਰ ਉੱਠਾ ਇਹ ਪੱਟ ਅੜਤਾਲੀ ਕੋਹ ਦਾ ਚੌਂਕੜਾ ਬਣਾਇਆ ਜਦੋਂ ਇੱਦਾਂ ਅੜਤਾਲੀ ਕੋਹ ਦਾ ਚੌਂਕੜਾ ਬਣ ਗਿਆ ਐਡਾ ਸਰੀਰ ਬਣਿਆ ਫਿਰ ਕਹਿੰਦੇ ਵੀ ਆਓ ਤੁਸੀਂ ਕਹਿੰਦੇ ਉਹਨਾਂ ਜਿੱਥੇ ਪਾਣੀ ਨਾ ਹੋਵੇ ਉੱਥੇ ਸਿਰ ਦੇਵਾਂਗੇ ਆਹ ਮੇਰੇ ਕਹਿੰਦੇ ਵੀ ਪੱਟਾਂ ਦੇ ਉੱਤੇ ਸਿਰ ਰੱਖੋ ਇੱਥੇ ਪਾਣੀ ਨਹੀਂ ਹੈ ਵੇਖ ਲਓ ਪਾਣੀ ਤਾਂ ਨਹੀਂ ਤੇ ਉਹ ਇੱਦਾਂ ਕਿਹਾ ਵੀ ਆ ਹੁਣ ਮੇਰੇ ਪੱਟ ਪਾਣੀ ਤੋਂ ਉੱਪਰ ਹੱਥ ਤਾਂ ਇਹਨਾਂ ਦੋਵਾਂ ਨੇ ਸਿਰ ਰੱਖਿਆ ਤੇ ਵਿਸ਼ਨੂੰ ਨੇ ਦੋਵਾਂ ਨੇ ਸਿਰ ਵੱਢ ਦਿੱਤੇ ਜਦੋਂ ਸਿਰ ਵੱਢੇ ਤੇ ਇਹਨਾਂ ਦੇ ਸਿਰਾਂ ਦੇ ਵਿੱਚੋਂ ਕਹਿੰਦੇ ਵੀ ਮਿੱਝ ਨਿਕਲੇ ਜਿਹੜੀ ਮਿੱਝ ਹੈ ਉਹ ਬਾਕੀ ਸਾਰੇ ਥਾਂ ਦੇ ਪਾਣੀ ਦੇ ਉੱਤੇ ਫੈਲ ਗਏ ਇਸੇ ਕਰਕੇ ਧਰਤੀ ਦਾ ਨਾਮ ਇੱਕ ਮੇਦਨੀ ਵੀ ਹੈ ਕਿਉਂਕਿ ਉਹ ਮਿੱਝ ਤੋਂ ਕਹਿੰਦੇ ਆ ਵੀ ਮੇਦਨੀ ਬਣੀ ਹੈ ਤੇ ਜਿੱਥੇ ਵਿਸ਼ਨੂੰ ਦਾ ਚੌਂਕੜਾ ਸੀ ਉੱਥੇ ਮਿੱਝ ਨਹੀਂ ਚਕਨਾਈ ਨਹੀਂ ਆਈ ਉਸਦੀ ਜਿਸ ਕਰਕੇ ਥਨੇਸ਼ਵਰ ਤੀਰਥ ਨੂੰ ਬੜਾ ਪਵਿੱਤਰ ਮੰਨਦੇ ਹਨ ਤੇ ਕੁਰਸ਼ੇਤਰ ਦੇ ਵਿੱਚ ਮੱਧ ਤੇ ਕੈਟਮ ਜਿਹੜੇ ਦੈਂਤ ਨੇ ਇਹਨਾਂ ਨੂੰ ਮਾਰ ਕੇ ਅੜਤਾਲੀ ਕੋਹ ਦਾ ਚੌਂਕੜਾ ਲਾ ਕੇ ਮਾਰਿਆ ਸੀ ਇਸ ਕਰਕੇ ਕੁਰਸ਼ੇਤਰ ਦੀ ਧਰਤੀ ਜਿਹੜੀ ਹੈ ਇਹਦੇ ਉੱਤੇ ਉਹਨਾਂ ਦੈਂਤਾਂ ਦੀ ਮਿੱਝ ਨਹੀਂ ਆਈ ਅੜਤਾਲੀ ਕੋਹ ਤੀਕਰ ਤਾਂ ਇਹਨੂੰ ਪਵਿੱਤਰ ਮੰਨਦੇ ਹਨ ਤੇ ਇਸੇ ਕਰਕੇ ਏਡਾ ਵੱਡਾ ਆਕਾਰ ਵਿਸ਼ਨੂੰ ਨੇ ਬਣਾਇਆ ਇਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਜੇ ਮਿਥਿਹਾਸ ਦੀ ਕਥਾ ਸੀ ਸਿੱਖਾਂ ਦੀ ਕੇਵਲ ਜਾਣਕਾਰੀ ਕਰਾਉਣ ਵਾਸਤੇ ਵੀ ਇਹ ਮਾਨਤਾ ਕੁਰਸ਼ੇਤਰ ਦੇ ਵਿੱਚ ਹਿੰਦੂ ਰੱਖਦੇ ਹਨ ਵੀ ਇੱਥੇ ਭਗਵਾਨ ਨੇ ਅੜਤਾਲੀ ਕੋ ਚੌਂਕੜਾ ਮਾਰਿਆ ਤੇ ਬੜੀ ਪਵਿੱਤਰ ਜਗ੍ਹਾ ਹੈ ਪ੍ਰਚਾਰ ਕਰਕੇ ਤੇ ਅਨੇਕਾਂ ਜੀਵਾਂ ਦੀ ਕਲਿਆਣ ਕੀਤੀ ਹੈ ਜੋ ਉਹਨਾਂ ਤੀਰਥਾਂ ਦੀ ਮਾਨਤਾ ਸੀ ਸਿੱਖਾਂ ਨੂੰ ਉਹ ਵੀ ਦੱਸੀ ਹੈ ਮਹਾਰਾਜ ਸਾਹਿਬ ਜੀ ਬਹੁਤ ਹੀ ਸ੍ਰੇਸ਼ਟ ਰਸਤੇ ਦੇ ਰਾਹੀਂ ਇੱਥੋਂ ਅੱਗੇ ਚੱਲ ਪਏ ਸਿਮਰਤ ਸ੍ਰੀ ਅਵਿਨਾਸ਼ ਅਜੋ ਵਿਨਾਸ਼ੀ ਨਾਸ਼ ਤੋਂ ਰਹਿਤ ਪਰਮੇਸ਼ਰ ਹੈ ਉਹਨੂੰ ਸਿਮਰਦਿਆਂ ਹੋਇਆ ਜਾਓ ਪਈ ਸਨੈ ਸਨੈ ਸਹਿ ਸੰਗਤ ਚਲੇ ਸਹਿਜੇ ਸਹਿਜੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਤੀਰਥਾਂ ਦਾ ਉਧਾਰ ਕਰਨ ਵਾਸਤੇ ਸੰਗਤ ਦੇ ਸਮੇਤ ਜਾ ਰਹੇ ਹਨ ਸਭਿਨ ਕੀ ਸੁਧ ਲੇਵਤ ਭਲੇ ਸਾਰਿਆਂ ਦੀ ਬੜੇ ਭਲੇ ਤਰੀਕੇ ਦੇ ਨਾਲ ਮਹਾਰਾਜ ਸਾਹਿਬ ਜੀ ਸੁਧ ਲੈਂਦੇ ਹੈ ਜਿੰਨੀ ਸੰਗਤ ਸਤਿਗੁਰਾਂ ਦੇ ਨਾਲ ਜਾ ਰਹੀ ਹੈ ਸਭ ਦਾ ਹਾਲ ਚਾਲ ਵੀ ਜਾਣਦੇ ਹਨ ਸ਼ਰਮਤ ਤਿਸ ਦੇਹ ਸਹਾਰਾ ਦੇਖਦੇ ਹੈ ਵੀ ਰਸਤੇ ਦੇ ਚੱਲਦਿਆਂ ਜੇ ਕੋਈ ਯਾਤਰੂ ਥਕਾਵਟ ਦੇ ਚਾਹੁੰਦਾ ਹੈ ਕੋਈ ਬਿਮਾਰ ਹੁੰਦਾ ਹੈ ਤੇ ਉਹਨੂੰ ਸਤਿਗੁਰੂ ਸਾਹਿਬ ਜੀ ਸਹਾਰਾ ਦਵਾਉਂਦੇ ਹਨ ਕਿਹਨਾ ਸੰਕਟ ਕਿਸੂ ਪ੍ਰਕਾਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਸੰਕਟ ਰਹਿਣ ਨਹੀਂ ਦਿੰਦੇ ਜਿਹੜਾ ਰਾਤ ਤੁਰ ਤੁਰ ਕੇ ਥੱਕ ਗਿਆ ਜਾਂ ਕੋਈ ਬਿਮਾਰ ਹੋ ਗਿਆ ਉਹਦੀ ਮਹਾਰਾਜ ਸਾਹਿਬ ਜੀ ਕਹਿ ਕੇ ਸੇਵਾ ਕਰਾਉਂਦੇ ਹਨ ਸਭਿਨ ਕੋ ਅਰੋਗ ਕਰ ਚਲ ਹੈ ਇਸ ਤਰ੍ਹਾਂ ਸਾਰਿਆਂ ਨੂੰ ਅਰੋਗ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਫੇਰ ਅੱਗੇ ਚੱਲਦੇ ਨੇ ਇਹ ਨਹੀਂ ਵੀ ਜਿਹੜਾ ਕੋਈ ਬਿਮਾਰ ਹੈ ਵੀ ਇਹਨੂੰ ਪਿੱਛੇ ਛੱਡ ਕੇ ਵੀ ਆਪ ਅੱਗੇ ਜਾਂਦੇ ਸਾਰਿਆਂ ਦੀ ਸੰਭਾਲ ਕਰਕੇ ਸਭ ਨੂੰ ਠੀਕ ਕਰਕੇ ਮਹਾਰਾਜ ਫੇਰ ਅਗਲੇ ਪਾਸੇ ਜਾਂਦੇ ਜੈ ਜੈਕਾਰ ਹੋਤ ਸੁਣ ਭਲ ਹੈ ਜਿੱਥੇ ਵੀ ਮਹਾਰਾਜ ਜੀ ਜਾਂਦੇ ਹੈ ਵੀ ਗੁਰੂ ਅਮਰਦਾਸ ਜੀ ਆਏ ਹੈ ਸਤਿਗੁਰਾਂ ਦਾ ਨਾਮ ਸੁਣ ਕੇ ਸਭ ਥਾਵਾਂ ਤੇ ਜੈ ਜੈਕਾਰ ਹੁੰਦੀ ਹੈ ਬਹੁਤ ਭਲੇ ਢੰਗ ਦੇ ਨਾਲ ਸਭ ਨਿਹਾਲ ਹੁੰਦੇ ਨੇ ਜਿੱਥੇ ਕਿੱਥੇ ਵੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਸ ਫੈਲ ਗਿਆ ਵੀ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਦੇ ਤੀਸਰੇ ਮਾਲਕ ਤੀਰਥਾਂ ਦੇ ਉੱਤੇ ਗੁਰਮਤ ਦਾ ਸਿੱਖੀ ਦਾ ਪ੍ਰਚਾਰ ਕਰਕੇ ਅਨੇਕਾਂ ਨੂੰ ਨਿਹਾਲ ਕਰ ਰਹੇ ਹਨ ਮੇਰੇ ਬਹੁਤ ਨਰ ਪ੍ਰੇਮ ਸਿਉਰ ਕੋ ਤੇ ਬਹੁਤ ਮਾਈ ਭਾਈ ਆਪਣੇ ਦਿਲ ਦੇ ਪ੍ਰੇਮ ਦੇ ਸਹਿਤ ਗੁਰੂ ਅਮਰਦਾਸ ਜੀ ਨੂੰ ਅੱਗੋਂ ਆ ਕੇ ਮਿਲਦੇ ਦਰਸ਼ਨ ਕਰਦੇ ਹਨ ਪਹੁੰਚਤ ਭੇ ਕਲਿੰਦਰੀ ਕੂਲ ਚਲਦਿਆਂ ਚਲਦਿਆਂ ਮਹਾਰਾਜ ਸਾਹਿਬ ਜੀ ਜਮੁਨਾ ਨਦੀ ਦੇ ਕੰਢੇ ਤੇ ਪਹੁੰਚ ਗਏ ਸੁੰਦਰ ਸ਼ਿਆਮਲ ਜਲ ਅਨੁਕੂਲ ਜਿਸ ਜਮੁਨਾ ਦਾ ਕਹਿੰਦੇ ਵੀ ਬੜਾ ਸੋਹਣਾ
ਸੁਹਾਵਣ ਦੇ ਸ਼ਿਆਮਲ ਸ਼ਿਆਮ ਰੰਗ ਦਾ ਬੜਾ ਸੁਹਾਵਣਾ ਜਲ ਹੈ ਅਨੁਕੂਲ ਹੈ ਸਾਰਿਆਂ ਦੇ ਭਲੇ ਵਾਸਤੇ ਹੈ ਸੰਗਤ ਭੀਰ ਸੰਗ ਗੁਰ ਭਾਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਸਿੱਖ ਸੰਗਤਾਂ ਦੀ ਵੀ ਬਹੁਤ ਭੀੜ ਹੈ ਉਤਰੇ ਸੰਗਤ ਛਾਏ ਨਿਹਾਰੇ ਸੋਹਣੀ ਛਾਇਆ ਵਾਲੀ ਥਾਂ ਵੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਜਮੁਨਾ ਦੇ ਕਿਨਾਰੇ ਦੇ ਤੱਟ ਤੇ ਉਤਾਰਾ ਕੀਤਾ ਪਵਿੱਤਰ ਜਲ ਜਾਣ ਕੇ ਵੀ ਨਿਰਮਲ ਜਲ ਚੱਲ ਰਿਹਾ ਹੈ ਵੀ ਰਾਹ ਦੀ ਥਕਾਵਟ ਹੈ ਇਹ ਦੂਰ ਹੋ ਜਾਵੇਗੀ ਸਭ ਨੇ ਇਸ਼ਨਾਨ ਕੀਤਾ ਜਿੰਨੇ ਵੀ ਧਾਰਮਿਕ ਸਥਾਨ ਜਿੱਥੇ ਬਹੁਤੀ ਸੰਗਤ ਦੀ ਆਵਾਜਾਈ ਹੋਵੇ ਉੱਥੇ ਆਪਣੀ ਲੋੜ ਦੇ ਵਾਸਤੇ ਮੰਗਣ ਵਾਲੇ ਵੀ ਪਹੁੰਚ ਜਾਂਦੇ ਹਨ ਤੇ ਸਿੱਖ ਸੰਗਤਾਂ ਨੇ ਜਦੋਂ ਵੇਖਿਆ ਵੀ ਕੁਝ ਮੰਗਤ ਜਨ ਹਨ ਕੋਈ ਬ੍ਰਾਹਮਣ ਵੀ ਦਾਨ ਦਕਸ਼ਿਣਾ ਮੰਗਦੇ ਨੇ ਉਹਨਾਂ ਸਾਰਿਆਂ ਨੂੰ ਦਾਨ ਦਿੱਤਾ ਰਾਤ ਦਾ ਸਮਾਂ ਹੋ ਗਿਆ ਸੀ ਇਸ਼ਨਾਨ ਕਰਕੇ ਵਸਤਰ ਬਦਲ ਕੇ ਭੋਜਨ ਛਕ ਕੇ ਤੇ ਰਾਤ ਨੂੰ ਵਿਸ਼ਰਾਮ ਕੀਤਾ ਉਠਤ ਸਕਲ ਸਿਮਰਤ ਹਰ ਨਾਮੇ ਅੰਮ੍ਰਿਤ ਵੇਲੇ ਉੱਠ ਕੇ ਫਿਰ ਇਸ਼ਨਾਨ ਕੀਤਾ ਤੇ ਸਭ ਨਾਮ ਜਪਣ ਲੱਗ ਪਏ ਹਨ ਸਭ ਸੰਗਤ ਚਿਤ ਚਾਉ ਕਨੇਰਾ ਜਿਹੜੀਆਂ ਵੀ ਸਿੱਖ ਸੰਗਤਾਂ ਨੇ ਉਹਨਾਂ ਦੇ ਚਿਤ ਵਿੱਚ ਬੜਾ ਚਾਅ ਹੈ ਵੀ ਮਹਾਰਾਜ ਦੇ ਨਾਲੇ ਦਰਸ਼ਨ ਹੋ ਰਹੇ ਨੇ ਨਾਲੇ ਕਥਾ ਕੀਰਤਨ ਹੁੰਦਾ ਹੈ ਤੇ ਨਾਲੇ ਤੀਰਥਾਂ ਦੇ ਮਹਾਰਾਜ ਸਾਹਿਬ ਸਾਨੂੰ ਦੱਸਦੇ ਆ ਵੀ ਇਸ ਤੀਰਥ ਦੀ ਕੀ ਮਹਾਨਤਾ ਹਿੰਦੂਆਂ ਦੇ ਜਿਸ ਤੀਰਥ ਨੂੰ ਕੀ ਹਿੰਦੂ ਮੰਨ ਕੇ ਪੂਜਦੇ ਹਨ ਸਤਿਗੁਰ ਬਾਕ ਸੁਣੇ ਸਭ ਮੇਰਾ ਤੇ ਹਰ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਿੱਖ ਬਚਨ ਸੁਣਦੇ ਹਨ ਹੱਥ ਜੋੜ ਕਰ ਸਭਨੇ ਅਗਾਰੀ ਇੱਥੇ ਜਦੋਂ ਜਮੁਨਾ ਦੇ ਕੰਢੇ ਤੇ ਆਏ ਤੇ ਹੱਥ ਜੋੜ ਕੇ ਸਾਰੀਆਂ ਸੰਗਤਾਂ ਨੇ ਫੇਰ ਮਹਾਰਾਜ ਨੂੰ ਕਿਹਾ ਪੂਜਨ ਕੇ ਹਿਤ ਗਿਰਾ ਉਚਾਰੇ ਸਤਿਗੁਰਾਂ ਨੂੰ ਪੁੱਛਣ ਵਾਸਤੇ ਗੁਰਸਿੱਖ ਕਹਿਣ ਲੱਗੇ ਜਮੁਨਾ ਪ੍ਰਭ ਜੀ ਜਮੁਨਾ ਕੇਰ ਪ੍ਰਸੰਗ ਮਹਾਰਾਜ ਆਪ ਜੀ ਨੇ ਪਿਛਲੇ ਥਾਵਾਂ ਤੇ ਜਿੱਥੇ ਜਿੱਥੇ ਵੀ ਆਪਾਂ ਹੋ ਕੇ ਆਏ ਹਾਂ ਉਹਦੇ ਬਾਰੇ ਸਾਨੂੰ ਦੱਸਿਆ ਹੈ ਇਸੇ ਤਰ੍ਹਾਂ ਮਹਾਰਾਜ ਜਮੁਨਾ ਬਾਰੇ ਵੀ ਦੱਸੋ ਵੀ ਇਹ ਜਿਹੜੀ ਜਮੁਨਾ ਨਦੀ ਇਹਦਾ ਕੀ ਪ੍ਰਸੰਗ ਹੈ ਸੁਨਾਵਨ ਸੰਗਤ ਸੰਗ ਜਿੰਨੀਆਂ ਵੀ ਸਿੱਖ ਸੰਗਤਾਂ ਨੇ ਮਹਾਰਾਜ ਇਹਨਾਂ ਦੇ ਤਾਈ ਆਪ ਜੀ ਇਹ ਜਮੁਨਾ ਨਦੀ ਕਿਵੇਂ ਪ੍ਰਗਟ ਹੋਈ ਹੈ ਇਹਦਾ ਵੀ ਪ੍ਰਸੰਗ ਸੁਣਾਉਣਾ ਕਰੋ ਜਪ ਤੀਰਥ ਕੋ ਲਹਿ ਬਿਰਤਾਂਤ ਕਿਉਂਕਿ ਜਦੋਂ ਇਸ ਤੀਰਥ ਦਾ ਸਾਨੂੰ ਬਿਰਤਾਂਤ ਪਤਾ ਲੱਗੇਗਾ ਭਾਵ ਵੀ ਇਹ ਤੀਰਥ ਦਾ ਪਤਾ ਲੱਗੇਗਾ ਵੀ ਕਿਉਂ ਦੇ ਕਿਵੇਂ ਬਣਿਆ ਉਹ ਸਹਿਤ ਭੱਜੈ ਸ਼ੁਭ ਭਾਂਤ ਤੇ ਫਿਰ ਮਹਾਰਾਜ ਸਾਹਿਬ ਜੀ ਸਾਡੇ ਅੰਦਰ ਬਹੁਤ ਚਾਅ ਉਤਸ਼ਾਹ ਹੋਵੇਗਾ ਸਾਨੂੰ ਸਾਰੀ ਜਾਣਕਾਰੀ ਹੋ ਜਾਵੇਗੀ ਸਮੋਹ ਲਾਭ ਨਿਤ ਹੋਤ ਵਿਸਾਲਾ ਕਿਉਂਕਿ ਪਾਤਸ਼ਾਹ ਸਾਨੂੰ ਤੁਹਾਡੀ ਸੰਗਤ ਕਰਕੇ ਨਿਤ ਹੀ ਬੜਾ ਲਾਭ ਨਿਤ ਹੋ ਰਿਹਾ ਹੈ ਬੜਾ ਫਾਇਦਾ ਹੋ ਰਿਹਾ ਹੈ ਤੁਹਾਡੇ ਨਾਲ ਆਉਣ ਦਾ ਇੱਕ ਤੋਂ ਦਰਸੈ ਤੁਮ ਸਭ ਕਲ ਇੱਕ ਤਾਂ ਮਹਾਰਾਜ ਸਭ ਸਮਿਆਂ ਦੇ ਤੁਹਾਡੇ ਦਰਸ਼ਨ ਹੁੰਦੇ ਹਨ ਦੀਏ ਤੀਰਥ ਕਰੇ ਇਸ਼ਨਾਨ ਤੇ ਦੂਸਰਾ ਮਹਾਰਾਜ ਤੀਰਥਾਂ ਦੇ ਉੱਤੇ ਆਉਂਦੇ ਆ ਨਿਤ ਨਵੇਂ ਤੋਂ ਨਵਾਂ ਤੀਰਥ ਵੇਖਦੇ ਹਾਂ ਤੇ ਨਿਰਮਲ ਜਲ ਦੇ ਇਸ਼ਨਾਨ ਕਰਦੇ ਹਾਂ ਮਹਾਰਾਜ ਆਪ ਜੀ ਦੀ ਸੰਗਤ ਕਰਦੇ ਹੋਇਆ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਆ ਤੇ ਲੋੜਵੰਦਾਂ ਦੀ ਵੀ ਇੱਥੇ ਮਦਦ ਕਰਨ ਦਾ ਮੌਕਾ ਮਿਲ ਰਿਹਾ ਹੈ ਸੰਗ ਤੀਰਥਨ ਕੇਰਾ ਮਹਾਰਾਜ ਜਿੰਨੇ ਵੀ ਤੀਰਥਾਂ ਦਾ ਜੋ ਪ੍ਰਸੰਗ ਹੈ ਸਾਡੀ ਸਾਰੀਆਂ ਸਿੱਖ ਸੰਗਤਾਂ ਦੀ ਇਹ ਭਾਵਨਾ ਹੈ ਨਦੀ ਪਰ ਅਬਹੋ ਇਹ ਜਿਹੜੀ ਨਦੀ ਹੈ ਜਮੁਨਾ ਇਹਦਾ ਵੀ ਮਹਾਰਾਜ ਜੀ ਉਹ ਸਾਰਾ ਪ੍ਰਸੰਗ ਵਰਤਾਂਤ ਦੱਸੋ ਕਿਸਤੇ ਜਨਮੀ ਜਮੁਨਾ ਨਾਮ ਇਹ ਕਿਹਦੇ ਤੋਂ ਜਨਮੀ ਹੈ ਤੇ ਇਹਦਾ ਜਮੁਨਾ ਨਾਮ ਮਹਾਰਾਜ ਜੀ ਕਿਵੇਂ ਪਿਆ ਹੈ ਤੇ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਅਮਰਦਾਸ ਜੀ ਨੇ ਉਸ ਵੇਲੇ ਸਿੱਖਾਂ ਦੇ ਪੁੱਛਣ ਤੇ ਵੀ ਜੋ ਵੀ ਇਹ ਮਾਨਤਾ ਹੈ ਧਰਮ ਦੇ ਹਿੰਦੂ ਧਰਮ ਦੇ ਗ੍ਰੰਥਾਂ ਦੇ ਅੰਦਰ ਤੇ ਤੁਹਾਨੂੰ ਉਹਦੇ ਮੁਤਾਬਕ ਦੱਸਦੇ ਹੈ ਵੀ ਇਹ ਜਮੁਨਾ ਇਹ ਤਾਂ ਸੂਰਜ ਦੀ ਪੁੱਤਰੀ ਮੰਨੀ ਜਾਂਦੀ ਹੈ ਤੇ ਕਹਿੰਦੇ ਵੀ ਧਰਮ ਰਾਜੇ ਦੀ ਭੈਣ ਹੈ ਤੇ ਇਹਨੇ ਇੱਥੇ ਜੰਗਲ ਦੇ ਬੜਾ ਲੰਮਾ ਸਮਾਂ ਤਪ ਕੀਤਾ ਤਪ ਕਰਕੇ ਤੇ ਜਦੋਂ ਕ੍ਰਿਸ਼ਨ ਜੀ ਹੋਏ ਕ੍ਰਿਸ਼ਨ ਨੂੰ ਕਹਿੰਦੇ ਵੀ ਵਰਿਆ ਇਸਨੇ ਫੇਰ ਸ਼ਿਆਮ ਰੰਗ ਹੋਏ ਕ੍ਰਿਸ਼ਨ ਜੀ ਨੂੰ ਵਰਨ ਕਰਕੇ
ਇਹ ਜਿਹੜੀ ਨਦੀ ਹੈ ਇਸ ਦਾ ਨਾਮ ਜਮਨਾ ਪੈ ਗਿਆ ਤੇ ਇਹਨੂੰ ਪਵਿੱਤਰ ਜਾਣ ਕੇ ਬਹੁਤ ਹੀ ਭਾਵਨਾ ਦੇ ਨਾਲ ਸਨਾਤਨ ਲੋਕ ਹਿੰਦੂ ਧਰਮ ਦੇ ਇਸ਼ਨਾਨ ਕਰਕੇ ਤੇ ਆਪਣੀ ਮੁਕਤੀ ਸਮਝਦੇ ਹਨ। ਸਾਹਿਬ ਜੀ ਕਹਿੰਦੇ ਵੀ ਹੈ ਤਾਂ ਇਸਤਰੀ ਸੀ, ਉਹਨੇ ਤਪੱਸਿਆ ਵੀ ਬਹੁਤ ਕੀਤੀ ਤੇ ਕ੍ਰਿਸ਼ਨ ਜੀ ਦੇ ਨਾਲ ਉਹਦਾ ਮੇਲ ਮਿਲਾਪ ਹੋਇਆ, ਇਸੇ ਕਰਕੇ ਜਮਨਾ ਨੂੰ ਇਹਦਾ ਰੰਗ ਵੀ ਸ਼ਿਆਮ ਰੰਗ ਹੈ ਕਿਉਂਕਿ ਕ੍ਰਿਸ਼ਨ ਜੀ ਦੇ ਨਾਲ ਮਿਲੇ ਹੋਣ ਕਰਕੇ। ਤੇ ਇਹ ਇਸ਼ਨਾਨ ਕਰਨ ਨੂੰ ਆਪਣੀ ਮੁਕਤੀ ਜਾਣਦੇ ਹਨ। ਕਹਿੰਦੇ ਏਦਾਂ ਇਹ ਜਮਨਾ ਦਾ ਪ੍ਰਸੰਗ ਜਾਣ ਲਵੋ, ਕਹਿੰਦੇ ਵੀ ਸੁਣ ਸੰਗਤ ਨੇ ਹਰਖ ਪਾਇਓ, ਸੰਗਤਾਂ ਨੇ ਸੁਣ ਕੇ ਇਹਦੇ ਬੜਾ ਉਤਸ਼ਾਹ ਮਹਾਰਾਜ ਸਾਹਿਬ ਦੇ ਬਚਨਾਂ ਦੇ ਨਾਲ ਪਾਇਆ, ਆਪਣੇ ਅੰਦਰ ਪ੍ਰਗਟ ਕੀਤਾ ਕਿ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਵੇਖੋ ਵੀ ਸਾਰੇ ਗ੍ਰੰਥਾਂ ਦਾ ਗਿਆਨ ਰੱਖਦੇ ਹੈ, ਵੀ ਜੋ ਹਿੰਦੂ ਧਰਮ ਦੇ ਗ੍ਰੰਥਾਂ ਦੇ ਲਿਖਿਆ ਹੈ ਸਤਿਗੁਰੂ ਸਾਹਿਬ ਜੀ ਉਹ ਵੀ ਸਾਨੂੰ ਸਾਰਾ ਦੱਸੀ ਜਾ ਰਹੇ ਹਨ। ਇਸ ਕਰਕੇ ਸੰਗਤ ਬੜੀ ਖੁਸ਼ ਹੋਈ ਵੀ ਸਾਡੇ ਪਾਤਸ਼ਾਹ ਬੜੇ ਮਹਾਨ ਹਨ, ਸਾਰਾ ਭੇਦ ਆਪਣੇ ਮਨ ਦੇ ਵਿੱਚ ਜਾਣ ਲਿਆ ਵੀ ਕਿ ਜਿਹੜੀ ਜਮਨਾ ਨਦੀ ਹੈ ਇਹਦਾ ਕ੍ਰਿਸ਼ਨ ਨਾਲ ਮਿਲਾਪ ਹੋਇਆ ਤੇ ਇਸ ਕਰਕੇ ਜਿਹੜੀ ਜਮਨਾ ਪਵਿੱਤਰ ਮੰਨੀ ਹੈ ਹਿੰਦੂਆਂ ਨੇ। ਜਮਨਾ ਕੋ ਕਰ ਇਸ਼ਨਾਨਾ, ਫਿਰ ਜਮਨਾ ਦੇ ਠੰਡੇ ਨਿਰਮਲ ਜਲ ਦੇ ਸਾਰਿਆਂ ਨੇ ਇਸ਼ਨਾਨ ਕੀਤਾ, ਆਪਣੀ ਥਕਾਵਟ ਲਾਈ ਹੈ। ਇੱਥੋਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਅੱਗੇ ਨੂੰ ਪਿਆਨਾ ਅੱਗੇ ਹੋਰ ਤੀਰਥਾਂ ਵੱਲ ਨੂੰ ਜਾਣਾ ਕੀਤਾ। ਜਦੋਂ ਜਮਨਾ ਤੇ ਇੱਕ ਪੁਲ ਬਣਿਆ ਸੀ, ਪੁਲ ਪਾਰ ਕਰਕੇ ਲੰਘਣ ਲੱਗੇ ਤੇ ਉੱਥੇ ਜਗਾਤੀਏ ਸਨ ਮੁਸਲਮਾਨ, ਜਿਹੜੇ ਮਸੂਲ ਲੈਂਦੇ ਸੀ, ਜਿਹੜਾ ਯਾਤਰਾ ਕਰਨ ਆਉਂਦਾ ਉੱਧਰ ਦੀ ਲੰਘਦਾ ਉਹਦੇ ਕੋਲ ਪੈਸੇ ਲੈਂਦੇ ਸੀ। ਜਦੋਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ ਆਉਂਦਿਆਂ ਵੇਖਿਆ ਤੇ ਜਿਹੜੇ ਮਸੂਲੀਏ ਸਨ ਆਪ ਚੱਲ ਕੇ ਅੱਗੇ ਆਏ ਹਨ, ਦਰਸ਼ਨ ਕਰੇ ਔਰ ਮੈਂ ਹਰ ਖਾਏ। ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਹਿਰਦੇ ਦੇ ਵਿੱਚ ਬੜੇ ਚਾਪ ਸ਼ਾਹ ਦੇ ਸਹਿਤ ਖੁਸ਼ ਹੋਏ ਹਨ। ਜਗਾਤ ਲੈਣ ਵਾਲੇ ਟੈਕਸ ਲੈਣ ਵਾਲੇ ਜਿਹੜੇ ਕਰਿੰਦੇ ਸਨ ਹਜ਼ਾਰਾਂ ਬੰਧਨ ਕਰਦੇ, ਕੀ ਵੇਖਦੇ ਹਨ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਨਮਸਕਾਰ ਕਰ ਰਹੇ ਹਨ। ਆਪਣੀ ਅੱਖਾਂ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦੀ ਬੜੀ ਮਹਾਨ ਮਹਿਮਾ ਵੇਖ ਰਹੇ ਹਨ। ਜਗਾਤੀਏ ਸੀ ਆਏ ਤਾਂ ਗਏ ਸੀ ਵੀ ਕੋਈ ਨਾ ਕੋਈ ਟੈਕਸ ਮੰਗਾਂਗੇ, ਪਰ ਸਤਿਗੁਰਾਂ ਦਾ ਤੇਜ ਪ੍ਰਤਾਪ ਵੇਖ ਕੇ ਡਰ ਗਏ। ਸਾਰਿਆਂ ਨੂੰ ਘੇਰ ਘੇਰ ਬਾਹਾਂ ਫੜ ਫੜ ਕੇ ਉਹਨਾਂ ਕੋਲ ਜਗਾਤ ਲੈਂਦੇ ਸੀ, ਟੈਕਸ ਲੈਂਦੇ ਸਨ। ਜਿਹੜੀਆਂ ਸੰਗਤਾਂ ਜਿਹੜੇ ਲੋਕ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਆਏ ਆ ਉਹਨਾਂ ਨੂੰ ਕਿਸੇ ਨੂੰ ਵੀ ਘੇਰ ਕੇ ਤੇ ਇਹਨਾਂ ਮਸੂਲੀਆਂ ਨੇ ਜਗਾਤੀਆਂ ਨੇ ਟੈਕਸ ਨਹੀਂ ਲਿਆ। ਕਰਮਚਾਰੀ ਸੀ ਤੇ ਮਹਾਰਾਜ ਨੂੰ ਇਹਨਾਂ ਵੀ ਮੱਥਾ ਟੇਕਿਆ, ਹੱਥ ਜੋੜ ਬੋਲੇ ਹਿੱਤ ਪਾਏ, ਬੜੇ ਹਿੱਤ ਦੇ ਨਾਲ ਹੱਥ ਜੋੜ ਕੇ ਸਾਹਿਬ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, ਸਤਿਗੁਰ ਕਰਨਾ ਦ੍ਰਿਸ਼ਟ ਨਿਹਾਰੋ, ਸਤਿਗੁਰੂ ਅਮਰਦਾਸ ਮਹਾਰਾਜ ਜੀ ਅਸੀਂ ਤੁਹਾਡੀ ਸ਼ਰਨ ਆਏ ਹਾਂ ਤੇ ਸਾਡੇ ਵੱਲ ਮਹਾਰਾਜ ਕਰਨਾ ਭਰੀ ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਵੇਖੋ, ਤੇ ਜਿਹੜੇ ਸਤਿਗੁਰੂ ਜੀ ਆਪ ਜੀ ਦੇ ਸੰਗੀ ਆਏ ਨੇ ਨਾ ਯਾਤਰਾ ਕਰਨ ਉਹਨਾਂ ਨੂੰ ਆਪਣੇ ਨਾਲ ਲੈ ਕਰਕੇ ਤੁਸੀਂ ਇਹ ਪੁਲ ਤੋਂ ਪਾਰ ਲੰਘ ਜਾਓ। ਇਹ ਬਾਦਸ਼ਾਹ ਅਸੀਂ ਉਹਨਾਂ ਤੁਹਾਡੇ ਨਾਲ ਦੇ ਜਿਹੜੇ ਸਾਥੀ ਨੇ ਉਹਨਾਂ ਕੋਈ ਮਸੂਲ ਕੋਈ ਜਗਾਤ ਕੋਈ ਟੈਕਸ ਨਹੀਂ ਲਵਾਂਗੇ, ਆਪ ਕੋ ਧਾਰੇ ਔਰ ਮਾਹੀ, ਕਿਉਂਕਿ ਪਾਤਸ਼ਾਹ ਆਪ ਜੀ ਦਾ ਤੇਜ ਹੀ ਬੜਾ ਹੈ ਤੇ ਤੁਹਾਡਾ ਡਰ ਅਸੀਂ ਆਪਣੇ ਹਿਰਦੇ ਦੇ ਵਿੱਚ ਧਾਰ ਕੇ ਤੁਹਾਡਾ ਡਰ ਮੰਨ ਕੇ ਤੁਹਾਥੋਂ ਡਰਦਿਆਂ ਹੋਇਆ ਜਿਹੜੇ ਤੁਹਾਡੇ ਨਾਲ ਸਿੱਖ ਸੇਵਕ ਹਨ ਇਹਨਾਂ ਦੇ ਕੋਲ ਵੀ ਜਗਾਤ ਕੋਈ ਪੈਸਾ ਨਹੀਂ ਲਵਾਂਗੇ। ਹੋਰ ਬਾਕ ਨਾ ਕਹੀਏ ਕੋਈ, ਪਰ ਇੰਨੀ ਮਹਾਰਾਜ ਸਾਡੇ ਨੇ ਕਿਰਪਾ ਰੱਖਿਓ ਵੀ ਆਪ ਜੀ ਕਿਤੇ ਕੋਈ ਕਰੜਾ ਵਚਨ ਨਾ ਕਹਿ ਦਿਓ ਸਾਡੇ ਬਾਰੇ, ਕੋਈ ਸਖਤ ਵਚਨ ਨਾ ਕਰ ਦਿਓ, ਕਿਉਂਕਿ ਤੁਹਾਡੀ ਦੇ ਰਸਨਾ ਤੋਂ ਸਹਿਬ ਸੁਭਾਅ ਸੁਦੇ ਸਿੱਧ ਬੋਲਿਆ ਜਾਣਾ ਤੇ ਸਾਡਾ ਮਹਾਰਾਜ ਕੁਝ ਬਜਣਾ ਨਹੀਂ ਹੈ, ਆਪ ਸਾਡੇ ਤੇ ਮਿਹਰ ਹੀ ਰੱਖਿਓ, ਸਾਡੇ ਤੇ ਮਹਾਰਾਜ ਕਰਨਾ ਤਰਸ ਹੀ ਰੱਖਿਓ। ਤੇ ਨਾਲ ਇਹਨਾਂ ਜਗਾਤੀਆਂ ਨੇ ਗੁਰੂ ਸਾਹਿਬ ਜੀ ਨੂੰ ਇਹ ਵੀ ਬੇਨਤੀ ਕਰਤੀ ਵੀ ਸਤਿਗੁਰੂ ਜੀ
ਤੁਹਾਡੇ ਲੰਘ ਜਾਣ ਤੋਂ ਬਾਅਦ ਵੀ ਜਿਹੜਾ ਕੋਈ ਤੁਹਾਡਾ ਨਾਮ ਲਵੇਗਾ ਨਾ ਆ ਕੇ ਵੀ ਅਸੀਂ ਗੁਰੂ ਅਮਰਦਾਸ ਜੀ ਦੇ ਨਾਲ ਆਏ ਹਾਂ ਉਹਨਾਂ ਦੇ ਕੋਲੋਂ ਵੀ ਅਸੀਂ ਕੋਈ ਟੈਕਸ ਨਹੀਂ ਲਵਾਂਗੇ ਸਤਨਾਮ ਤੇ ਤਨ ਲੇਤ ਜਗਤ ਆ ਕਿਉਂਕਿ ਹੋਰ ਜਿੰਨੇ ਵੀ ਹਿੰਦੂ ਤੀਰਥ ਸਾਰੀ ਯਾਤਰਾ ਕਰਨ ਵਾਸਤੇ ਲੋਕ ਆਉਂਦੇ ਆ ਉਹਨਾਂ ਕੋ ਮਹਾਰਾਜ ਅਸੀਂ ਜਗਤ ਲੈਨੇ ਆ ਟੈਕਸ ਲੈਨੇ ਆ ਪੈਸੇ ਲੈਨੇ ਆ ਤੇ ਹੋਰਾਂ ਦੇ ਕੋਲੋਂ ਹੁਣ ਵੀ ਲਵਾਂਗੇ ਪਰ ਜਿਹੜਾ ਤੁਹਾਡਾ ਨਾਮ ਲਵੇਗਾ ਉਹਦੇ ਕੋਲ ਨਹੀਂ ਕੋਈ ਟੈਕਸ ਲਵਾਂਗੇ ਜਗਾਤੀਆਂ ਦੇ ਕੋਲੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣਿਆ ਤੇ ਫਿਰ ਕਹਿਣ ਲੱਗੇ ਮਹਾਰਾਜ ਕਹਿੰਦੇ ਵੀ ਇਹ ਟੈਕਸ ਲੈਣ ਵਾਲੇ ਕਰਮਚਾਰੀਓ ਇਹ ਕਰਿੰਦੇ ਹੋ ਜੇ ਵਾਕਿਆ ਤੁਸੀਂ ਸਾਡਾ ਡਰ ਮੰਨ ਕੇ ਸਾਡਾ ਭੈ ਮੰਨ ਕੇ ਸਾਡੇ ਭੈ ਮੰਨ ਕੇ ਸਾਡੇ ਵੱਲੋਂ ਤੇ ਏਦਾਂ ਦਿਲ ਵਿੱਚ ਜਾਣਿਆ ਹੈ ਵੀ ਟੈਕਸ ਨਹੀਂ ਲੈਣਾ ਜਿਹੜੇ ਸਾਰੇ ਯਾਤਰੀ ਸਾਡੇ ਨਾਲ ਆਏ ਨੇ ਸਾਡੇ ਪਿੱਛੇ ਪਿੱਛੇ ਆਉਣਗੇ ਉਹਨਾਂ ਨੂੰ ਸਾਡੇ ਮਗਰ ਆਉਣ ਦਿਓ ਗੁਰੂ ਅਮਰਦਾਸ ਜੀ ਕਹਿੰਦੇ ਵੀ ਹੁਣੇ ਗੱਲ ਨਿਬੇੜ ਲਓ ਸਾਡੇ ਨਾਲ ਵੀ ਜੇ ਤਾਂ ਤੁਸੀਂ ਕੋਈ ਧਨ ਲੈਣਾ ਚਾਹੁੰਦੇ ਹੋ ਕੋਈ ਸਾਡੇ ਕੋਲ ਟੈਕਸ ਲੈਣਾ ਚਾਹੁੰਦੇ ਹੋ ਜਿਹੜੀ ਸੰਗਤ ਮਗਰ ਆਵੇ ਤੇ ਉਹਨਾਂ ਦੀਆਂ ਬਾਹਾਂ ਫੜ ਫੜ ਕੇ ਆਖੋ ਵੀ ਲਿਆਓ ਟੈਕਸ ਲਿਆਓ ਜਗਾਤ ਉਹਦਾ ਲੰਘਣ ਨਹੀਂ ਦੇਣਾ ਸਤਿਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਜਗਾਤੀਆਂ ਨੂੰ ਜਿਹੜੇ ਮੁਸਲਮਾਨ ਸਰਕਾਰ ਦੇ ਬੰਦੇ ਸਨ ਵੀ ਜੇ ਤਾਂ ਕੋਈ ਪੈਸੇ ਵਾਲੀ ਗੱਲ ਹੈ ਤਾਂ ਸਾਨੂੰ ਦੱਸੋ ਤੇ ਇਹ ਨਾ ਹੋਵੇ ਵੀ ਅਸੀਂ ਅੱਗੇ ਲੰਘ ਜਾਈਏ ਸਾਨੂੰ ਕਹੀ ਜਾਓ ਵੀ ਟੈਕਸ ਨਹੀਂ ਲੈਣਾ ਤੇ ਜਿਹੜੇ ਮਗਰ ਸਿੱਖ ਆਉਣ ਤੇ ਉਹਨਾਂ ਨੂੰ ਬਾਹਾਂ ਤੋਂ ਫੜ ਫੜ ਕੇ ਪੈਸੇ ਮੰਗੋ ਆਪ ਹਮ ਦੇ ਚਹੋ ਧਨ ਜੋਏ ਇਸ ਕਰਕੇ ਜੇ ਤੁਹਾਨੂੰ ਧਨ ਚਾਹੀਦਾ ਹੈ ਤਾਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਹੁਣ ਤਾਂ ਤੁਹਾਨੂੰ ਦੇ ਦਿੰਦੇ ਹਾਂ ਕਿਸੇ ਦਾ ਹੱਥ ਨੀ ਫੜਾਂਗੇ ਕਿਸੇ ਨੂੰ ਰੋਕ ਕੇ ਪੈਸਾ ਨੀ ਮੰਗਾਂਗੇ ਸ੍ਰੀ ਅਮਰਦਾਸ ਚੱਲ ਪਰੇ ਤਾਂ ਇਹਨਾਂ ਜਗਾਤੀਆਂ ਨੇ ਕਿਹਾ ਵੀ ਸਤਿਗੁਰੂ ਜਿਹੜਾ ਵੀ ਤੁਹਾਡਾ ਨਾਮ ਲਵੇਗਾ ਅਸੀਂ ਉਹਦੀ ਬਾਹ ਨਹੀਂ ਫੜਾਂਗੇ ਏਦਾਂ ਬਦਲ ਹੋਇਆ ਤੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਇਸ ਕੋਲ ਤੋਂ ਅੱਗੇ ਲੰਘ ਗਏ ਅੱਗੇ ਤੀਰਥਾਂ ਵੱਲ ਨੂੰ ਚੱਲ ਪਏ ਹਜ਼ਾਰੋ ਸੰਗੀ ਕਰੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਸੰਗੀ ਸਾਥੀ ਗੁਰਸਿੱਖ ਆ ਰਹੇ ਹਨ ਜਿੱਥੇ ਸੰਗਤ ਲੰਘੀ ਹੈ ਸਿੱਖ ਲੰਘੇ ਹੈ ਜਿਹੜੇ ਬਾਕੀ ਹੋਰ ਵੀ ਕੋਈ ਹਿੰਦੂ ਸਨ ਜਿਹੜੇ ਆਪਣੇ ਤੀਰਥਾਂ ਦੇ ਯਾਤਰਾ ਦੇ ਕਰਨੀ ਚਾਹੁੰਦੇ ਸੀ ਪਰ ਪੈਸੇ ਨਾ ਹੋਣ ਕਰਕੇ ਇਹਦੇ ਕਈ ਸਥਾਨਾਂ ਦੀ ਯਾਤਰਾ ਨਹੀਂ ਸੀ ਕਰ ਪਾਉਂਦੇ ਉਹਨਾਂ ਵੀ ਮੌਕਾ ਵੇਖਿਆ ਵੀ ਹੁਣ ਮਹਾਰਾਜ ਦੇ ਲੜ ਲੱਗ ਕੇ ਇਹਦੇ ਆਪਾਂ ਵੀ ਯਾਤਰਾ ਕਰ ਆਈਏ ਤੀਰਥਾਂ ਦੀ ਤੇ ਇਸ ਤਰ੍ਹਾਂ ਪਿੱਛੇ ਹੋਰ ਕਈ ਹਿੰਦੂ ਵੀ ਆਉਂਦੇ ਹਨ ਤੇ ਜਿਹਨਾਂ ਨੂੰ ਹਿੰਦੂ ਸਮਝ ਕੇ ਤੇ ਇਹ ਜਿਹੜੇ ਮਸੂਲੀਏ ਜਿਹੜੇ ਜਗਾਤੀਏ ਆ ਬਾਹ ਫੜ ਕੇ ਰੋਕਦੇ ਆ ਵੀ ਲਿਆਓ ਭਾਈ ਟੈਕਸ ਦੋ ਪੈਸੇ ਦਿਓ ਫਿਰ ਅੱਗੇ ਜਾਣ ਦੇਣਾ ਹੈ ਸ੍ਰੀ ਗੁਰੂ ਨਾਮ ਲੇਤ ਚੱਲੇ ਆਗੇ ਉਹ ਕਹਿੰਦੇ ਆ ਵੀ ਅਸੀਂ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਆ ਵੀ ਅਸੀਂ ਤੇ ਸਤਿਗੁਰਾਂ ਦੇ ਸਿੱਖ ਹਾਂ ਤੇ ਜਦੋਂ ਸਤਿਗੁਰਾਂ ਦਾ ਨਾਮ ਲੈਂਦੇ ਆ ਤੇ ਉਸੇ ਨੇ ਜਗਾਤੀਏ ਡਰਦੇ ਪਛਾਹ ਹੋ ਜਾਂਦੇ ਆ ਤੇ ਅੱਗੇ ਲੰਘ ਜਾਂਦੇ ਹਨ ਉਹ ਜਦੋਂ ਇਹ ਕਹਿ ਦਿੰਦੇ ਆ ਭਾਈ ਅਸੀਂ ਕਾਹਦਾ ਟੈਕਸ ਦਈਏ ਅਸੀਂ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੰਗੀ ਆ ਉਹਨਾਂ ਦੀ ਸੰਗਤ ਜਦੋਂ ਏਦਾਂ ਕਹਿ ਦਿੰਦੇ ਆ ਤੇ ਬਿਨਾਂ ਕੋਈ ਟੈਕਸ ਪੈਸਾ ਦਿੱਤੇ ਆ ਅੱਗੇ ਤੋਂ ਅੱਗੇ ਪੁੱਲ ਲੰਘ ਕੇ ਤੁਰੇ ਜਾ ਰਹੇ ਹਨ ਇਸ ਦਿਨ ਸਗਰੇ ਮੈਂ ਨਰ ਨਾਰੀ ਇਹਨੇ ਜਿੱਦਣ ਮਹਾਰਾਜ ਸਾਹਿਬ ਜੀ ਇੱਥੋਂ ਤੁਰੇ ਨੇ ਨਾ ਜਮੁਨਾ ਤੋਂ ਤੇ ਉਸ ਦਿਨ ਸਾਰਾ ਹੀ ਦੇਣਾ ਜਿੰਨੀ ਵੀ ਕੋਈ ਇਸਤਰੀਆਂ ਪੁਰਖ ਸਨ ਜਦੋਂ ਕਹਿ ਗੁਰਨਾਮੇ ਉਚਾਰੀ ਜਦੋਂ ਵੀ ਕੋਈ
ਕਿਸੇ ਨੂੰ ਰੋਕਦਾ ਹੈ ਜਗਾਤੀਆ ਟੈਕਸ ਲੈਣ ਵਾਸਤੇ ਤਾਂ ਉਹ ਅੱਗੋਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਾਮ ਲੈ ਦਿੰਦੇ ਨੇ ਵੀ ਅਸੀਂ ਤਾਂ ਸਤਿਗੁਰਾਂ ਦੇ ਹਾਂ ਕਿਸ ਕੋ ਤਿਆਗੈ ਜਾਏ ਸੁਖਾਰੋ ਤੇ ਉਹ ਫਿਰ ਟੈਕਸ ਵਾਲੇ ਉਹਨੂੰ ਛੱਡ ਦਿੰਦੇ ਹੈ ਜਿਹੜਾ ਉਹ ਗਾੜੀ ਡੰਡਾ ਜਾਂ ਉਹਨਾਂ ਠਾਹ ਕੀਤਾ ਹੁੰਦਾ ਹੈ ਉਹ ਤਾਂ ਚੁੱਕ ਦਿੰਦੇ ਹੈ ਤੇ ਫਿਰ ਉਹ ਸੰਗਤ ਮਾਈ ਪਾਈ ਸੌਖਾ ਹੀ ਅੱਗੇ ਲੰਘ ਜਾਂਦੇ ਹਨ ਹਰ ਖਤ ਉਚਰਤ ਜੈ ਜੈਕਾਰੋ ਤੇ ਜਦੋਂ ਅੱਗੇ ਲੰਘ ਜਾਂਦੇ ਬੜੇ ਖੁਸ਼ ਹੁੰਦੇ ਹੈ ਕਹਿੰਦੇ ਵੀ ਵੇਖੋ ਵੀ ਅਸੀਂ ਭਾਵੇਂ ਮਹਾਰਾਜ ਸਾਹਿਬ ਦੇ ਨਾਲ ਤਾਂ ਨਹੀਂ ਸੀ ਆਏ ਪਰ ਗੁਰਾਂ ਦਾ ਨਾਮ ਲੈਣ ਕਰਕੇ ਸਾਨੂੰ ਇਹ ਜਗਾਤੀਆਂ ਨੇ ਰੋਕਿਆ ਨੀ ਖੁਸ਼ ਹੋ ਕੇ ਤੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੈ ਜੈਕਾਰ ਕਰਦੇ ਹਨ ਸ਼ਤਾਵਤ ਜੇ ਹੁਤੇ ਜਗਾਤੀ ਜਿਹੜੀ ਇਹ ਜਗਾਤੀਏ ਸਨ ਉਹ ਸਾਰਾ ਦਿਨ ਹੀ ਪਛਤਾਉਂਦੇ ਹੀ ਰਹੇ ਕਹਿੰਦੇ ਵੀ ਅੱਜ ਤਾਂ ਸਾਰੀ ਗੁਰੂ ਦੀ ਸੰਗਤ ਆ ਰਹੀ ਹੈ ਸਾਰੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੀ ਨਾਮ ਲਈ ਜਾ ਰਹੇ ਹਨ ਅੱਜ ਨਹੀਂ ਕੋ ਦਾਮ ਅਗਾਤੀ ਜਿਹੜੇ ਅੱਜ ਸਵੇਰ ਦੇ ਬੈਠੇ ਹੈ ਤੇ ਕੋਈ ਸਾਨੂੰ ਦਮੜਾ ਨੀ ਮਿਲਿਆ ਕੋਈ ਮਾਇਆ ਕੋ ਰੁਪਈਆ ਸਾਡੇ ਪੱਲੇ ਨੀ ਪਿਆ ਮੁੰਡਣ ਤਿੰਨ ਕੇ ਪੈ ਰਹੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਐਸਾ ਪ੍ਰਭਾਵ ਆ ਵੀ ਇਹਨਾਂ ਦੇ ਮੁਖ ਦੇ ਜਿਵੇਂ ਮਨ ਉਹ ਵੀ ਦੰਦਲ ਪਈ ਹੋਵੇ ਚੋਪੀ ਹੋ ਗਏ ਜਿਹਦੇ ਕੋਲ ਗੁਰੂ ਅਮਰਦਾਸ ਜੀ ਦਾ ਨਾਮ ਸੁਣਦੇ ਆ ਉਹਨੂੰ ਕੁੱਝ ਕਹਿ ਨੀ ਸਕਦੇ ਸੂਰਤ ਰੋਕੇ ਨਹੀਂ ਅੰਦਰੋਂ ਅੰਦਰ ਭਾਵੇਂ ਝੂਰਦੇ ਹੈ ਪਰ ਰੋਕਦੇ ਨਹੀਂ ਹਨ ਕਿਸੇ ਨੂੰ ਵੀ ਸਤਿਗੁਰਾਂ ਦਾ ਨਾਮ ਸੁਣ ਕੇ ਸਗਰੋ ਜਗਤ ਭਰਿਓ ਗੁਰ ਪਾਛੈ ਇਹ ਤਾਂ ਕਹਿੰਦੇ ਵੀ ਲੱਗ ਰਿਹਾ ਹੈ ਵੀ ਅੱਜ ਤਾਂ ਸਾਰਾ ਜਗਤ ਹੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੇ ਪਿੱਛੇ ਪੈ ਗਿਆ ਹੋਵੇ ਹਰ ਕੋਈ ਗੁਰੂ ਅਮਰਦਾਸ ਜੀ ਦਾ ਨਾਮ ਲੈ ਕੇ ਤੇ ਉਸ ਤੀਰਥ ਤੋਂ ਉਸ ਪੁੱਲ ਤੋਂ ਟੈਕਸ ਵਾਲੇ ਥਾਂ ਤੋਂ ਅੱਗੇ ਲੰਘੀ ਜਾ ਰਹੇ ਹਨ ਇਹ ਕਿਸ ਤੇ ਹਮ ਛੋਛ ਗਾਚੇ ਕਹਿੰਦੇ ਵੀ ਅਸੀਂ ਅੱਜ ਕਿਹੜੇ ਕੋ ਪੈਸਾ ਲਈਏ ਵੀ ਇਹ ਤਾਂ ਸਾਰਾ ਹੀ ਮਹਾਰਾਜ ਦਾ ਨਾਮ ਲੈ ਕੇ ਜਗਤ ਤੁਰਿਆ ਜਾ ਰਿਹਾ ਸੀ ਤਾਂ ਕਹਿੰਦੇ ਬਿਲਕੁਲ ਅੱਜ ਖਾਲੀ ਰਹਿ ਗਏ ਹਾਂ ਇਸ ਦਿਨ ਕੀ ਨਾ ਮਿਲੀ ਜਗਾਤ ਇਸ ਤਰ੍ਹਾਂ ਸਾਧ ਸੰਗਤ ਜੀ ਜਿੱਦਣ ਮਹਾਰਾਜ ਸਾਹਿਬ ਜਮਨਾ ਤੋਂ ਅੱਗੇ ਚੱਲੇ ਹਨ ਜਿਹੜੇ ਜਗਾਤੀਏ ਨੇ ਉਸ ਦਿਨ ਦਾ ਉਹਨਾਂ ਨੂੰ ਟੈਕਸ ਕੋਈ ਮਾਮਲਾ ਕੋਈ ਰੁਪਈਆ ਨੀ ਪੱਲੇ ਪਿਆ ਵਸਨਾ ਚਲਤ ਰਹੇ ਪਛਤਾਤ ਇਹ ਨਹੀਂ ਹੈ ਵੀ ਵਸਦਾ ਨੀ ਇਹਨਾਂ ਦਾ ਕੋਈ ਚੱਲਦਾ ਤੇ ਪਛਤਾਉਂਦੇ ਜ਼ਰੂਰ ਰਹੇ ਹੈ ਵੀ ਇਹ ਤਾਂ ਹੁਣ ਅੱਜ ਮਹਾਰਾਜ ਦਾ ਹੀ ਨਾਂ ਲੈ ਕੇ ਸਾਰੇ ਲੰਘੀ ਜਾ ਰਹੇ ਹਨ ਸ੍ਰੀ ਸਤਿਗੁਰ ਸਭ ਨਰਨ ਜਨਾਈ ਜਦੋਂ ਧੰਨ ਗੁਰੂ ਅਮਰਦਾਸ ਜੀ ਨੇ ਕੌਤਕ ਕੀਤਾ ਵੀ ਮਨ ਉਹ ਵੀ ਸਤਿਗੁਰੂ ਅਮਰਦਾਸ ਜੀ ਨੇ ਇਹ ਗੱਲ ਸੰਗਤ ਨੂੰ ਜਣਾਈ ਹੋਵੇ ਕੁਝ ਕੌਤਕ ਐਸੇ ਹੁੰਦੇ ਨੇ ਮਹਾਰਾਜ ਦੇ ਵੀ ਜਿਹੜੇ ਸਿੱਖ ਨੂੰ ਸਮਝਣੇ ਪੈਂਦੇ ਨੇ ਗੁਰਾਂ ਦਾ ਆਸਰਾ ਲੈ ਕੇ ਸਤਿਗੁਰਾਂ ਨੇ ਜਿੰਨੇ ਵੀ ਜਗਾਤੀਆਂ ਦੇ ਕੋਲੋਂ ਸਿੱਖ ਲੰਘਾਏ ਨੇ ਇਹ ਮੰਨੋ ਵੀ ਇਹ ਗੱਲ ਸਿੱਖਾਂ ਨੂੰ ਜਣਾਈ ਹੈ ਵੱਡੇ ਭਾਗ ਜਿਸ ਲੇਹ ਸੁਪਾਏ ਤੇ ਜਿਹਦੇ ਵੱਡੇ ਭਾਗ ਹਨ ਜਿਹਦੇ ਕਹਿੰਦੇ ਵੀ ਕਰਮ ਚੰਗੇ ਹਨ ਉਹ ਮਹਾਰਾਜ ਸਾਹਿਬ ਜੀ ਦਾ ਇਹ ਕੌਤਕ ਜਾਣ ਲੈਂਦੇ ਸਮਝ ਲੈਂਦੇ ਹਨ ਜਮ ਜਗਾਤੀ ਸਭ ਜਗ ਡੰਡਾ ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਸਤਿਗੁਰਾਂ ਦੀ ਸ਼ਰਨ ਪੈ ਜਾਂਦੇ ਹਨ ਕਿਉਂਕਿ ਜਿਹੜੇ ਜਿੱਦਾਂ ਇਹ ਜਗਾਤੀਏ ਨੇ ਨਾ ਏਦਾਂ ਹੀ ਜਮ ਵੀ ਜਗਾਤੀਆਂ ਦੀ ਨਿਆਈ ਹਨ ਤੇ ਜਿਹੜਾ ਵੀ ਜੀਵ ਜਾਂਦਾ ਹੈ ਜਮ ਮਾਰਗ ਤੇ ਉਹ ਡੰਡ ਦਿੰਦੇ ਸਜ਼ਾ ਦਿੰਦੇ ਹਨ ਜੀਵਾਂ ਨੂੰ ਗੁਰ ਕੋ ਨਾਮ ਸੁਨੇ ਤਿਸ ਸ਼ੰਟੈ ਪਰ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਾਮ ਜਪਦਾ ਏ ਜਮ ਜਗਾਤੀਏ ਵੀ ਉਹਦਾ ਰਾਹ ਨੀ ਰੋਕਦੇ ਉਹਨੂੰ ਛੱਡ ਦਿੰਦੇ ਹਨ ਤੇ ਸਤਿਗੁਰ ਸ਼ਰਣੀ ਪਰ ਇਸ ਕਰਕੇ ਜਿਹੜਾ ਵੀ ਇਹ ਸਮਝ ਲੈਂਦਾ ਹੈ ਨਾ ਵੀ ਜੇ ਇੱਥੇ ਮਹਾਰਾਜ ਦਾ ਨਾਮ ਲੈ ਕੇ ਤੇ ਸਾਨੂੰ ਟੈਕਸ ਨਹੀਂ ਦੇਣਾ ਪਿਆ ਗੁਰੂ ਮਹਾਰਾਜ ਜੀ ਦਾ ਨਾਮ ਲੈ ਕੇ ਤੇ ਪਰਲੋਕ ਦੇ ਵਿੱਚ ਵੀ ਸਾਨੂੰ ਕੋਈ ਜਮ ਨਹੀਂ ਰੋਕੇਗਾ ਇਹ ਭਾਵਨਾ ਵਾਲੇ ਫਿਰ ਸਤਿਗੁਰਾਂ ਦੀ ਸ਼ਰਣੀ ਪੈਂਦੇ ਹਨ ਜਮ ਕੋ ਤਰਾਸ ਮਹਾ ਪਰ ਹਰ ਜਮਾਂ ਦਾ ਜਿਹੜਾ ਤਰਾਸ ਡਰ ਭੈ ਹੈ ਆਪਣੇ ਅੰਦਰੋਂ ਪਰੇ ਕਰ ਲੈਂਦੇ ਹਨ ਜੈਸੇ ਤੁਰਕ ਜਗਾਤੀ ਅਪੈ ਜੇ ਕਹਿੰਦੇ ਵੀ ਆ ਜਿਹੜੇ ਤੁਰਕ ਜਗਾਤ ਲੈਣ ਵਾਲੇ ਮੁਸਲਮਾਨਾਂ ਨੇ ਹੁਣੇ ਹੀ ਗੁਰੂ ਸਾਹਿਬ ਦਾ ਨਾਮ ਸੁਣ ਕੇ ਸੁਣ ਗੁਰ ਨਾਮ ਤਜੇ ਨਰ ਸਭ ਜਿਹੜਾ ਵੀ ਆਇਆ ਗੁਰੂ ਅਮਰਦਾਸ ਜੀ ਦਾ ਨਾਮ ਲੈਂਦਾ ਰਿਹਾ ਵੀ ਧੰਨ ਗੁਰੂ ਅਮਰਦਾਸ ਜੀ ਦੇ ਨਾਲ ਹੈ ਤੇ ਸਾਰੇ ਜਗਾਤੀਆਂ ਨੇ ਉਹਨਾਂ ਨੂੰ ਅੱਗੇ ਲੰਘਣ ਦਿੱਤਾ ਕਿਸੇ ਨੂੰ ਨਹੀਂ ਰੋਕਿਆ ਰੱਬ ਪਰ ਸੱਚ ਕਰ ਕਹਿ ਦਿਖ ਰਾਏ ਇਹ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰਤੱਖ ਕਰਕੇ ਹੀ ਵਿਖਾ ਦਿੱਤਾ ਹੈ ਕਹਿੰਦੇ ਹੁਣ ਪ੍ਰਤੱਖ ਨੂੰ ਤਾਂ ਕੋਈ ਪ੍ਰਮਾਣ ਦੀ ਲੋੜ ਨਹੀਂ ਹੈ ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਾਮ ਲਵੇਗਾ ਜਾਂ ਲੈਂਦਾ ਹੈ ਉਹ
ਨੂੰ ਜਾਮਨੀ ਕੁਝ ਕਹਿਣਗੇ ਜਮਾਂ ਤੋਂ ਵੀ ਮਹਾਰਾਜ ਦਾ ਨਾਮ ਲੈ ਕੇ ਛੁੱਟ ਜਾਈਦਾ ਹੈ। ਇਸ ਦਿਨ ਤੇ ਗੁਰ ਕੀ ਸੰਗ ਭੀਰ। ਇਸ ਤਰ੍ਹਾਂ ਇਹ ਭਾਈ ਸਾਹਿਬ ਜੀ ਨੇ ਨਾਲ ਇਹ ਜਣਾਇਆ ਵੀ ਜਦੋਂ ਵੇਖੋ ਮਹਾਰਾਜ ਦਾ ਨਾਮ ਲੈ ਕੇ ਟੈਕਸ ਦੇਣ ਵਾਲਿਆਂ ਤੋਂ ਸਾਰੇ ਲੰਘ ਗਏ। ਸਾਧ ਸੰਗਤ ਗੁਰੂ ਮਹਾਰਾਜ ਦਾ ਘਰ ਗੁਰੂ ਦਾ ਪ੍ਰਤਾਪ ਕੈਸਾ ਏ ਵੀ ਜਦੋਂ ਮੁਸਲਮਾਨਾਂ ਦਾ ਵੀ ਰਾਜ ਸੀ ਉਸ ਵੇਲੇ ਵੀ ਗੁਰੂ ਘਰ ਦੇ ਕੋਈ ਟੈਕਸ ਕਰ ਨਹੀਂ ਲੱਗਿਆ। ਉਸ ਵੇਲੇ ਵੀ ਸਰਕਾਰਾਂ ਟੈਕਸ ਲੈਣ ਤੋਂ ਗੁਰੂ ਘਰ ਤੋਂ ਡਰਦੀਆਂ ਸਨ ਕਿਉਂਕਿ ਜਿਹੜਾ ਗੁਰੂ ਦਾ ਘਰ ਹੈ ਉੱਥੇ ਟੈਕਸ ਲੱਗ ਹੀ ਨਹੀਂ ਸਕਦਾ। ਜਿਹੜੇ ਕੋਈ ਯਤਨ ਵੀ ਕਰਦੇ ਆ ਬਾਅਦ ਵਿੱਚ ਔਖੇ ਹੁੰਦੇ ਹਨ। ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਨਾਂ ਲੈ ਕੇ ਇਹਦੇ ਮੁਸਲਮਾਨਾਂ ਨੇ ਵੀ ਕਿਸੇ ਨੂੰ ਨਹੀਂ ਰੋਕਿਆ। ਕਹਿੰਦੇ ਜਿਹੜਾ ਉਹ ਦੇਣਾ ਹੈ ਉਹ ਸਾਰਾ ਜਿਹੜਾ ਦੇਣ ਸੀ ਜਿੰਨੀ ਵੀ ਮਹਾਰਾਜ ਦੇ ਨਾਲ ਭੀੜ ਸੀ ਕਹਿੰਦੇ ਵੀ ਉਹ ਹੋਰ ਜ਼ਿਆਦਾ ਹੋ ਗਈ। ਜਿੰਨੇ ਕੁ ਸਿੱਖ ਸੇਵਕ ਨਾਲ ਆਏ ਸੀ ਮਹਾਰਾਜ ਦੇ ਉਹ ਤਾਂ ਆਏ ਆਏ ਹੈ। ਇਸ ਤੋਂ ਇਲਾਵਾ ਵੀ ਜਿੱਧਰ ਜਿੱਧਰ ਦੀ ਸਤਿਗੁਰੂ ਜੀ ਲੰਘਦੇ ਜਾ ਰਹੇ ਹੈ ਸਤਿਗੁਰਾਂ ਨੂੰ ਕਦੇ ਰੋਕ ਕੋਈ ਨਹੀਂ। ਇਸ ਕਰਕੇ ਬਹੁਤ ਲੋਕਾਂ ਦੀ ਭੀੜ ਹੋ ਗਈ ਹੈ। ਜਬ ਸੰਧਿਆ ਕਉ ਕਰ ਹੈ ਡੇਰੋ। ਸੰਧਿਆ ਦੇ ਸਮੇਂ ਤੋਂ ਰਾਹ ਦੇ ਵਿੱਚ ਕਿਤੇ ਸਤਿਗੁਰੂ ਜੀ ਡੇਰਾ ਕਰਦੇ ਪੜਾ ਕਰਦੇ ਹਨ। ਦਰਸ਼ਨ ਕੋ ਉਮਗਾਏ ਬਡੇਰੋ। ਉਸ ਵੇਲੇ ਬਹੁਤ ਹੀ ਚਾਅ ਉਤਸ਼ਾਹ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸਾਰੇ ਆਉਂਦੇ ਨੇ। ਗੰਗਾ ਸੰਗ ਸਕਲ ਚਲ ਆਵੇ। ਜਿਹੜੇ ਗੰਗਾ ਦੇ ਉੱਤੇ ਸੰਗ ਜਾ ਰਹੇ ਸਨ ਜਿਹੜੇ ਗੰਗਾ ਇਸ਼ਨਾਨ ਕਰਨ ਦੇ ਲਈ ਹਿੰਦੂਆਂ ਦੇ ਟੋਲਿਆਂ ਦੇ ਟੋਲੇ ਜਾ ਰਹੇ ਸਨ ਉਹ ਵੀ ਸਾਰੇ ਚੱਲ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਆ ਗਏ। ਬੰਦੇ ਗੁਰ ਦਰਸ਼ਨ ਪਾਵੇ। ਹੱਥ ਜੋੜ ਜੋੜ ਕੇ ਮਹਾਰਾਜ ਸਾਹਿਬ ਜੀ ਨੂੰ ਨਮਸਕਾਰਾਂ ਕਰਦੇ ਗੁਰਾਂ ਦਾ ਦਰਸ਼ਨ ਕਰਦੇ ਨੇ। ਕਹਿੰਦੇ ਧੰਨ ਭਾਗ ਹਨ ਸਾਡੇ ਸਤਿਗੁਰਾਂ ਦੇ ਪਿੱਛੇ ਸਾਨੂੰ ਵੀ ਕੋਈ ਟੈਕਸ ਨਹੀਂ ਦੇਣਾ ਪਿਆ। ਜੈਕਾਰ ਪੁਕਾਰੇ ਉਚਾਰੇ। ਗੁਰੂ ਮਹਾਰਾਜ ਜੀ ਦੀ ਜੈ ਜੈਕਾਰ ਉਚਾਰਦੇ ਹਨ ਪੁਕਾਰਦੇ ਹਨ। ਸਤਿਗੁਰ ਕੋ ਆਨੰਦ ਧਾਰੇ। ਤੇ ਗੁਰੂ ਅਮਰਦਾਸ ਜੀ ਨੂੰ ਮਿਲ ਕੇ ਸਾਰੇ ਬੜਾ ਹੀ ਆਨੰਦ ਮੰਨਦੇ ਧਾਰਦੇ ਹਨ। ਕਿਸੇ ਰੇਤ ਸ਼੍ਰੀ ਗੰਗਾ ਗਏ। ਇਸੇ ਮਰਿਆਦਾ ਦੇ ਨਾਲ ਚੱਲਦਿਆਂ ਚੱਲਦਿਆਂ ਗੁਰੂ ਅਮਰਦਾਸ ਮਹਾਰਾਜ ਜੀ ਹਰਿਦੁਆਰ ਗੰਗਾ ਤੇ ਪਹੁੰਚ ਗਏ। ਕਨਖਲ ਵਿਖੇ ਸਿਵਰ ਕੋ ਕੀਏ। ਕਨਖਲ ਵਿਖੇ ਜਾ ਕੇ ਮਹਾਰਾਜ ਨੇ ਡੇਰਾ ਕੀਤਾ ਹੈ ਜਿੱਥੇ ਪੁਰਾਣਾ ਸਥਾਨ ਹੈ ਗੰਗਾ ਦਾ। ਸੁਰਸਾ ਤਤ ਪਰ ਪੀਪਰ ਥਾਨ। ਗੰਗਾ ਦੇ ਕਿਨਾਰੇ ਦੇ ਇੱਕ ਮਹਾਰਾਜ ਸਾਹਿਬ ਜੀ ਨੇ ਪਿੱਪਲ ਵਾਲੇ ਥਾਂ ਤੇ ਬੈਠੇ ਸ਼੍ਰੀ ਸਤਿਗੁਰ ਭਗਵਾਨ। ਭਗਵਾਨ ਪਰਮੇਸ਼ਰ ਦਾ ਰੂਪ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬਿਰਾਜਮਾਨ ਨੇ ਤੇ ਜਿਹੜੇ ਜਾਣਕਾਰ ਗੁਰਸਿੱਖ ਦੱਸਦੇ ਨੇ ਉੱਥੇ ਪਿੱਪਲ ਦੇ ਥੱਲੇ ਜਮ ਗੰਗਾ ਦੇ ਕਿਨਾਰੇ ਮਹਾਰਾਜ ਜੀ ਦਾ ਹਰਿਦੁਆਰ ਦੇ ਵਿੱਚ ਇੱਕ ਅਸਥਾਨ ਬਣਿਆ ਹੋਇਆ ਹੈ ਹੁਣ ਤੀਕਰ ਵੀ ਯਾਦਗਾਰ ਹੈ। ਸੁਣ ਸੁਣ ਲੋਕ ਹਜ਼ਾਰੋਂ ਆਵਹੇ। ਜਦੋਂ ਤੀਰਥ ਦੇ ਉੱਤੇ ਆਏ ਹੋਏ ਲੋਕਾਂ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਤੀਸਰੀ ਜੋਤ ਤੀਸਰੇ ਸਰੂਪ ਗੁਰੂ ਅਮਰਦਾਸ ਜੀ ਆਏ ਨੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਸੁਣ ਸੁਣ ਕੇ ਲੋਕ ਦਰਸ਼ਨਾਂ ਨੂੰ ਆਉਂਦੇ ਹਨ। ਅਮਰਦਾਸ ਸਾਹਿਬ ਜੀ ਦੇ ਚਾਰ ਸਵੇਰੇ ਬਹੁਤ ਭੀੜ ਹੈ ਕਦੇ ਖਲੋਣ ਨੂੰ ਬਹਿਣ ਨੂੰ ਥਾਂ ਨੀ ਕਿਸੇ ਨੂੰ ਮਿਲ ਰਹੇ। ਫਿਰ ਇੱਦਾਂ ਦਰਸ਼ਨ ਦੀਦਾਰ ਕਰਦੇ ਆ ਸੰਧਿਆ ਹੋਏ ਤੇ ਭੋਜਨ ਪ੍ਰਸ਼ਾਦਾ ਛਕ ਕੇ ਸਾਰਿਆਂ ਵਿਸ਼ਰਾਮ ਕੀਤਾ। ਜਦੋਂ ਸਵਾ ਮੈਂ ਰਾਤ ਰਹਿ ਗਈ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਜਾਗੇ ਹਨ। ਸ਼੍ਰੀ ਗੰਗਾ ਕੋ ਉਜਲ ਨੀਰ। ਜੋ ਗੰਗਾ ਦਾ ਨਿਰਮਲ ਪ੍ਰਵਾਹ ਜਲ ਵਹਿ ਰਿਹਾ ਸੀ। ਤੀਨ ਇਸ਼ਨਾਨ ਸਰੀਰ ਸਧੀਰ। ਤੀਰਥ ਧਾਰੀ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਉਸ ਪ੍ਰਵਾਹ ਦੇ ਵਿੱਚ ਕੀਤਾ ਹੈ। ਭਈ ਪ੍ਰਭਾਤ ਸਭਨ ਸੁਣ ਲੀਨ। ਜਦੋਂ ਪ੍ਰਭਾਤ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਤੇ ਹੋਰ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਮਹਾਰਾਜ ਦੇ ਆਉਣ ਬਾਰੇ। ਸ੍ਰੀ ਗੁਰ ਅਮਰ ਆਗਮਨ ਕੀਨ। ਵਿਦਵਾਨਾਂ ਤੀਕਰ ਗੱਲ ਸਾਰੀਆਂ ਜਮਾਤਾਂ ਤੀਕਰ ਗੱਲ ਪਹੁੰਚੀ ਵੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਗਮਨ ਹੋਇਆ ਹੈ ਇੱਥੇ ਹਰਿਦੁਆਰ ਵਿੱਚ। ਦੇਖ ਮਨ ਪੰਡਤ ਤੀਰਥ ਵਾਸੀ। ਜਿਹੜੇ ਵੱਡੇ ਵੱਡੇ ਰਿਖੀ ਸਨ ਮਨਨਸ਼ੀਲ ਮੁਨੀ ਮਹਾਤਮਾ ਪੰਡਤ ਵਿਦਵਾਨ ਜਾਂ ਤੀਰਥਾਂ ਦੇ ਉੱਤੇ ਰਹਿਣ ਵਾਲੇ ਲੋਕ ਸੰਤ ਮਹੰਤ ਅਨਕ ਜਗ ਆਸੀ। ਜਿਹੜੇ ਸਾਧੂ ਸੰਤ ਸਨ ਜਾਂ ਮਹੰਤ ਜਿਹੜੇ ਕੋਈ ਡੇਰੇਦਾਰ ਜਾਂ ਹੋਰ ਅਨੇਕ ਜਿਹੜੇ ਜਗਿਆਸੂ ਸਨ। ਬ੍ਰਹਮਚਾਰੀ ਅਵਧੂ ਸੰਨਿਆਸੀ। ਬ੍ਰਹਮਚਾਰੀ ਦੇ ਅਵਧੂਤ ਮਾਇਆ ਦੇ ਤਿਆਗੀ ਦੇ ਸੰਨਿਆਸੀ ਲੋਕ ਮਹਾਰਾਜ ਦੇ ਕੋਲ ਆਏ ਹਨ। ਅਨੇਕ ਵੇਖ ਕੇ
ਸਾਧੂ ਹੋਰ ਵੀ ਅਨੇਕਾਂ ਭੇਖਾਂ ਦੇ ਮਤਾਂ ਦੇ ਜਿਹੜੇ ਸਾਧੂ ਮਹਾਤਮਾ ਹਨ ਦਰਸ਼ਨ ਕਾਰਨ ਗਿਆਨ ਅਗਾਧ ਜੋ ਗਿਆਨ ਦੇ ਸਮੁੰਦਰ ਗੁਰੂ ਅਮਰਦਾਸ ਜੀ ਨੇ ਤਿੰਨਾਂ ਦੇ ਦਰਸ਼ਨ ਕਰਨ ਵਾਸਤੇ ਆਏ ਸ੍ਰੀ ਸਤਿਗੁਰ ਚੌਂਦਿਸ਼ ਪਰਵਰੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਚਾਰ ਸਵੇਰੇ ਘੇਰਾ ਕੱਟ ਕੇ ਨਮਸਕਾਰਾਂ ਕਰਕੇ ਬੈਠ ਗਏ ਜੋਰੇ ਸਿਰ ਬੰਧਨ ਧਾਰੇ ਅੱਜ ਜੋੜਦੇ ਅਤੇ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਨ ਪ੍ਰਧਾਨ ਨਿਕਟ ਹੋਏ ਵੈਸੇ ਜਿਹੜੇ ਪ੍ਰਧਾਨ ਮੁਖੀ ਮੁਖੀ ਵਿਦਵਾਨ ਪੰਡਿਤ ਮਹਾਤਮਾ ਸੀ ਉਹ ਸਤਿਗੁਰਾਂ ਦੇ ਨੇੜੇ ਹੋ ਕੇ ਬੈਠ ਗਏ ਮਨ ਕੰਨ ਬਿਆਸ ਪਾਸ ਸਭ ਜੈਸੇ ਜਿਹੜੇ ਬਿਆਸ ਦੇ ਆਲੇ ਦੁਆਲੇ ਬੜੇ ਮੁਨੀ ਮਹਾਤਮਾ ਬੈਠੇ ਸਨ ਜੋਗੀ ਵੱਡੇ ਦਿਗੰਬਰ ਆਏ ਵੱਡੇ ਵੱਡੇ ਜੋਗੀ ਤੇ ਦਿਗੰਬਰ ਜਿਨ੍ਹਾਂ ਨੇ ਦਿਸ਼ਾਵਾਂ ਨੂੰ ਹੀ ਆਪਣੇ ਵਸਤਰ ਬਣਾਇਆ ਭਾਵ ਨਾਗੇ ਸਾਧੂ ਵੀ ਆਏ ਹਨ ਦਰਸ਼ਨ ਕੇ ਨਰ ਸਮਦਾਏ ਜਿਹੜੇ ਛੇ ਦਰਸ਼ਨ ਛੇ ਭੇਖਾਂ ਦੇ ਲੋਕ ਹਨ ਜੋਗੀ ਜੰਗਮ ਸਰੇਵੜੇ ਆਦਿਕ ਇਹ ਵੀ ਸਤਿਗੁਰਾਂ ਦੇ ਕੋਲ ਆਏ ਹਨ ਪ੍ਰਸ਼ਨੋਤਰ ਕਰੇ ਅਨੇਕ ਪ੍ਰਕਾਰ ਅਨੇਕਾਂ ਪ੍ਰਕਾਰ ਦੇ ਇਹਨਾਂ ਨੇ ਪ੍ਰਸ਼ਨ ਮਹਾਰਾਜ ਜੀ ਦੇ ਅੱਗੇ ਕੀਤੇ ਆ ਸਤਿਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਉੱਤਰ ਦਿੱਤਾ ਹੈ ਆਪੇ ਆਪਣੋ ਮਤ ਅਨੁਸਾਰ ਆਪ ਆਪਣੀ ਮਤ ਦੇ ਅਨੁਸਾਰ ਗੁਰਾਂ ਨੂੰ ਆ ਕਰਕੇ ਪੁੱਛਦੇ ਹਨ ਜੀ ਕਰ ਚਰਚਾ ਸਕਲ ਬਖਾਨਾ ਸੰਤੋਖ ਸਿੰਘ ਜੀ ਕਹਿੰਦੇ ਜਿਹੜੀ ਹਰਿਦੁਆਰ ਵਿੱਚ ਚਰਚਾ ਹੋਈ ਵਿਦਵਾਨਾਂ ਦੇ ਨਾਲ ਸਾਧੂਆਂ ਦੀਆਂ ਜਮਾਤਾਂ ਨਾਲ ਜੇ ਮੈਂ ਉਹਦੀ ਸਾਰੀ ਕਥਾ ਕਹਾਂ ਗ੍ਰੰਥ ਵਧੇ ਜਾਂ ਤੇ ਡਰ ਮਾਨਾ ਇਹਦੇ ਗ੍ਰੰਥ ਬਹੁਤ ਜ਼ਿਆਦਾ ਵੱਧ ਜਾਵੇਗਾ ਗਿਆਨ ਦੀ ਚਰਚਾ ਹੋਈ ਹੈ ਜਿਹਨੇ ਵੀ ਜੋ ਸਵਾਲ ਕੀਤਾ ਗੁਰੂ ਅਮਰਦਾਸ ਜੀ ਨੇ ਉਹਦਾ ਉੱਤਰ ਦੇ ਕੇ ਨਿਹਾਲ ਕੀਤਾ ਤ੍ਰਿਪਤੀ ਹੋਈ ਹੈ ਤੇ ਬੜੇ ਪ੍ਰਸੰਨ ਹੋਏ ਵੀ ਮਹਾਰਾਜ ਸਾਡੇ ਮਨ ਦੇ ਆਪ ਜੀ ਨੇ ਭਰਮ ਵਾਰ ਦਿੱਤੇ ਹਨ ਸਭਨੇ ਜਾਣੇ ਗਹਿਰ ਗੰਭੀਰ ਸਾਰੀਆਂ ਵਿਦਵਾਨਾਂ ਪੰਡਤਾਂ ਜੋਗੀਆਂ ਸੰਨਿਆਸੀਆਂ ਮਹਾਤਮਾ ਨੇ ਜਾਣ ਲਿਆ ਗੁਰੂ ਅਮਰਦਾਸ ਮਹਾਰਾਜ ਬੜੇ ਹੀ ਗਹਿਰ ਗੰਭੀਰ ਬੜੇ ਡੂੰਘੇ ਹਨ ਤੇ ਬੜੇ ਵਿਚਾਰਵਾਨ ਹਨ ਬੜੇ ਮਹਾਨ ਧੀਰਜ ਧਾਰੀ ਨੇ ਇਹਨਾਂ ਦਾ ਕੋਈ ਛਾ ਨਹੀਂ ਹੈ ਵੀ ਇਹ ਨੀ ਪਤਾ ਵੀ ਕਿੱਡੇ ਵੱਡੇ ਹਨ ਨਮੋ ਵਿਦਾ ਹੋਏ ਗਏ ਨਮਸਕਾਰਾਂ ਕਰ ਕਰਕੇ ਨਿਹਾਲ ਹੋ ਕੇ ਸਾਰੇ ਫਿਰ ਵਾਪਸ ਆਪੋ ਆਪਣੇ ਆਸਣਾਂ ਤੇ ਚਲੇ ਗਏ ਰਾਹੇ ਜਾਂਦਿਆਂ ਹੋਇਆ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਉਸਤਤ ਵਡਿਆਈ ਕਰਦਿਆਂ ਹੋਇਆ ਗਏ ਹਨ ਸ੍ਰੀ ਗੁਰਸੁਰ ਸਰਿਆ ਰਾਧੇ ਉਸ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਜਦੋਂ ਸਾਰੇ ਦਰਸ਼ਨ ਦਿਦਾਰੇ ਕਰਕੇ ਚਲੇ ਗਏ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗੰਗਾ ਨੂੰ ਜਾਲ ਕੀਤਾ ਇਹ ਗੰਗਾ ਹੋਰ ਤਾਂ ਸਾਰੇ ਮਿਲ ਗਏ ਹੈ ਵੀ ਤੂੰ ਵੀ ਆ ਕੇ ਸਾਡੇ ਨਾਲ ਮੇਲ ਮਿਲਾਪ ਕਰ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਗੰਗਾ ਨੂੰ ਕਿਹਾ ਇਹ ਵੀ ਗੰਗਾ ਤੂੰ ਵੀ ਆਉਣਾ ਕਰ ਭਜਨ ਕਹਿਣ ਦੀ ਦੇਰੀ ਸੀ ਉਸੇ ਗੰਗਾ ਹੈ ਕਹਿੰਦੇ ਜਲ ਦੇ ਵਿੱਚ ਉਹ ਆਪਣਾ ਆਕਾਰ ਬਣਾ ਕੇ ਪ੍ਰਗਟ ਹੋਈ ਹੈ ਮਹਾਰਾਜ ਦੀ ਆਵਾਜ਼ ਸੁਣ ਕੇ ਸ੍ਰੀ ਗੁਰੂ ਅਮਰ ਬੰਧਨ ਠਾਨੇ ਪ੍ਰਗਟ ਹੁੰਦੇ ਅਨੁਸਾਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਸ ਗੰਗਾ ਨੇ ਮੱਥਾ ਟੇਕਿਆ ਨਮਸਕਾਰ ਕੀਤੇ ਲੋਕ ਬਖਾਨੇ ਸਾਹਿਬ ਜੀ ਦੇ ਦਰਸ਼ਨ ਕਰਕੇ ਕਹਿੰਦੀ ਧੰਨ ਹੋ ਮਹਾਰਾਜ ਆਪ ਧੰਨ ਹੋ ਧੰਨ ਭਾਗ ਨੇ ਮੇਰੇ ਆਪ ਜੀ ਦੇ ਦਰਸ਼ਨ ਹੋਏ ਹਨ ਜਗਤੇਸ਼ਵਰ ਕੀ ਜੋਤ ਵਿਸਾਲਾ ਮਹਾਰਾਜ ਜਗਤ ਦੇ ਈਸ਼ਵਰ ਦੀ ਮਹਾਨ ਜੋਤ ਭਾਵ ਆਪ ਪਰਮੇਸ਼ਰ ਹੋ ਤੁਮਕੋ ਪ੍ਰਾਪਤ ਭਈ ਉਜਾਲਾ ਜਿਹੜੀ ਉਜਲ ਜੋਤ ਹੈ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੀ ਪ੍ਰਾਪਤ ਹੋਈ ਹੈ ਪਾਵਨ ਪਾਵਨ ਕਰ ਪਾਵਨ ਤੇ ਉਸ ਗੰਗਾ ਨੇ ਬੇਨਤੀ ਕੀਤੀ ਮਹਾਰਾਜ ਆ ਤੁਹਾਡੇ ਜਿਹੜੇ ਪਵਿੱਤਰ ਚਰਨ ਹਨ ਉਹਨਾਂ ਆਪਣੇ ਚਰਨਾਂ ਨੂੰ ਮੇਰੇ ਵਿੱਚ ਕਿਉਂ ਨਹੀਂ ਪਾਉਂਦੇ ਪਾ ਕੇ ਉਹਦੇ ਮੈਨੂੰ ਵੀ ਪਵਿੱਤਰ ਕਰਦੇ ਹੋ ਕਲ ਨਰ ਪਾਪਨ ਭਾਰਨ ਸਾਵਨ ਕਿਉਂਕਿ ਕਲਯੁਗ ਦੇ ਜਿਹੜੇ ਜੀਵ ਨੇ ਉਧਾਰ ਆ ਕੇ ਸਾਰੇ ਪਾਪ ਮੇਰੇ ਚ ਲਾਈ ਜਾ ਰਹੇ ਆ ਤੇ ਹੁਣ ਮੇਰੇ ਪਾਪ ਮਹਾਰਾਜ ਤੁਹਾਡੇ ਚਰਨਾਂ ਦੀ ਸ਼ੋਹ ਕਰਕੇ ਲੱਥਣਗੇ ਪ੍ਰਸੰਨ ਸ੍ਰੀ ਗੁਰਤਬ ਹੋਏ ਸੁਣ ਕੇ ਮਹਾਰਾਜ ਸਾਹਿਬ ਗੰਗਾ ਦੀ ਬੇਨਤੀ ਬੜੇ ਪ੍ਰਸੰਨ ਹੋਏ ਕਹਿੰਦੇ ਕੋਈ ਨੀ ਤੈਨੂੰ ਪਵਿੱਤਰ ਕਰਨ ਲਈ ਤਾਂ ਆਏ ਹਾਂ ਗੋਇੰਦਵਾਲ ਸਾਹਿਬ ਤੋਂ
ਅੰਦਰ ਧਿਆਨ ਭਈ ਜਲ ਮੋਏ ਮਹਾਰਾਜ ਸਾਹਿਬ ਜੀ ਦਾ ਇਹ ਵਚਨ ਸੁਣ ਕੇ ਫਿਰ ਗੰਗਾ ਅੰਦਰ ਧਿਆਨ ਹੋ ਗਈ ਜਲ ਦੇ ਜੀ ਸਮਾ ਗਏ ਤੱਕ ਦਿਨ ਬਸ ਕੀ ਨਿਸ਼ਨਾਨਾ ਕਿੰਨੇ ਦੇਣੀ ਮਹਾਰਾਜ ਸਾਹਿਬ ਜੀ ਨੇ ਇੱਥੇ ਵਸਦਿਆਂ ਹੋਇਆ ਗੰਗਾ ਦੇ ਵਿੱਚ ਹੀ ਫਿਰ ਇਸ਼ਨਾਨ ਕੀਤਾ ਆਪਣੇ ਚਰਨ ਗੰਗਾ ਦੇ ਵਿੱਚ ਹੀ ਪਾਉਂਦੇ ਰਹੇ ਪਵਿੱਤਰ ਕਰਨ ਵਾਸਤੇ ਮਨ ਭਾਵਤ ਦੇ ਕਰਤੈ ਦਾਨ ਤੇ ਜਿਹੜਾ ਵੀ ਕੋਈ ਲੋੜਵੰਦ ਆਉਂਦਾ ਹੈ ਸਾਰਿਆਂ ਨੂੰ ਮਹਾਰਾਜ ਸਾਹਿਬ ਜੀ ਦਾਨ ਕਰਦੇ ਹਨ ਮਹਾਰਾਜ ਦੀ ਜੈ ਜੈਕਾਰ ਕਰਦੇ ਆਉਂਦੇ ਹਨ ਤੁਹਾਡੇ ਪਿੱਛੇ ਆਉਣ ਦੇ ਨਾਲ ਇੱਥੇ ਟੈਕਸ ਮਸੂਲ ਨਹੀਂ ਲੱਗਾ ਇਹ ਤੁਹਾਡੇ ਪਿੱਛੇ ਲੱਗਣ ਦੇ ਨਾਲ ਜਾਮੀ ਮਹਾਰਾਜ ਸਾਨੂੰ ਰੋਕ ਨਹੀਂ ਸਕਣਗੇ ਐਸੀ ਭਾਵਨਾ ਦੇ ਨਾਲ ਸਿੱਖ ਸੰਗਤਾਂ ਦਰਸ਼ਨ ਕਰ ਰਹੀਆਂ ਜੇ ਮਹਾਰਾਜ ਜੀ ਵਾਪਸ ਸੁਣਦੇ ਨੇ ਤੇ ਮੇੜੇ ਨਗਰ ਦੇ ਵਿੱਚ ਬ੍ਰਾਹਮਣ ਦੀ ਭਾਵਨਾ ਪੂਰੀ ਕਰਦੇ ਹਨ ਬਾਉਲੀ ਸਾਹਿਬ ਦੀ ਸੇਵਾ ਆਰੰਭ ਹੋਏਗੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਸਾਰਿਆਂ ਨੂੰ ਹੁਕਮਕਾਰੀ ਦਿੱਤਾ ਸੀ ਵੀ ਹੁਣ ਗੁਰਸਿੱਖੋ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਇਹ ਬਾਉਲੀ ਸਾਹਿਬ ਜੋ ਹੈ ਇਹੀ ਸਭ ਤੋਂ ਮਹਾਨ ਤੀਰਥ ਹੈ ਇਹ ਕਥਾ ਪ੍ਰਸੰਗ ਆਉਣ ਵਾਲੇ ਦਿਨਾਂ ਦੇ ਸਰਵਣ ਕਰਾਂਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਜਸ ਕਹਿੰਦੇ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਗੁਰੂ ਮਹਾਰਾਜ ਦੇ ਗੁਰੂ ਕੀ ਸੰਗਤ ਬਖਸ਼ਿੰਦਾ ਹੈ ਬਖਸ਼ਣ ਹਾਰ ਹੈ ਬਖਸ਼ ਲੈਣਾ ਵਾਹਿਗੁਰੂ 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 ਵਾਹ